ਮੈਂ ਤਾਂ ਐਂ ਕਹਿੰਦਾ ਸੀ ਬੇਬੇ, ਮੇਰਾ ਨਾ ਇੱਕ ਦੋਸਤ ਆ ਉੱਚੇ ਪਿੰਡ ਵਾਲਾ ਜੈਲਦਾਰ, ਉਹਦਾ ਮੁੰਡਾ ਹੈਗਾ ਵਧੀਆ, ਆਪਾਂ ਨੂੰ ਖਾਨਦਾਨ ਵੀ ਤਾਂ ਬਰਾਬਰ ਦਾ ਚਾਹੀਦਾ ਹੈ। ਉਹ ਜੈਲਦਾਰ ਨੇ, ਆਪਾਂ ਜੇ ਹੋ ਸਕਿਆ ਰਿਸ਼ਤਾ ਉਹਨਾਂ ਦੇ ਮੁੰਡੇ ਨੂੰ ਹੀ ਕਰਾਂਗੇ। ਉਹ ਭਾਈ ਹੈਗਾ ਤੇਰਾ ਬਾਪੂ ਪਾਣੀ ਲਾਉਣ ਜੋ ਗਰਾਹ, ਸੋਨੂੰ ਤਾਂ ਉੱਥੇ ਨਹੀਂ ਬੇਰ ਮਿਲਦੀ ਸ਼ੇਰਾ, ਕਿਤੇ ਆਹ ਪਹਾੜੀ 'ਤੇ ਕਿਤੇ ਉਹ ਪਹਾੜੀ 'ਤੇ, ਮਸਾਂ 4 ਦਿਨ ਇੱਥੇ ਐਸ਼ ਕਰਨਾ ਉਹਨੇ, ਹੁਣ ਆ ਕੇ ਬਾਪੂ ਰਾਤਾਂ ਨੂੰ ਮੈਂ ਖਾਵਾਂ ਇੱਥੇ। ਹੈਂ ਅੰਜਲੀ, ਕਿਉਂ ਖਿੱਚੀ ਜਾਂਦੀ ਹੈ, ਕੀ ਹੋ ਗਿਆ? ਭਾਬੀ ਪਹਿਲਾਂ ਤਾਂ ਹੌਲੀ ਬੋਲ, ਅੰਦਰ ਸਾਰੇ ਬੈਠੇ ਸੀ, ਉਹਨਾਂ ਵਿੱਚ ਮੈਂ ਗੱਲ ਵੀ ਨਹੀਂ ਕਰ ਸਕਦੀ ਤੇਰੇ ਨਾਲ। ਨਾ ਫਿਰ ਖਿੱਚ ਕੇ ਕਿਉਂ ਲਿਆਈ ਹੈਗੀ, ਹੌਲੀ ਦੇ ਨਹੀਂ ਦੱਸ ਸਕਦੀ ਸੀਗੀ? ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਡਰਾਈ ਤੇ ਨਹੀਂ ਤੂੰ ਤਾਂ। ਡਰਾਉਣ ਵਾਲੀ ਗੱਲ ਨਹੀਂ ਹੈਗੀ ਭਾਬੀ, ਭਾਬੀ ਇੱਕ ਕੰਮ ਸੀ ਤੇਰੇ ਤੋਂ। ਕੀ ਕੰਮ ਸੀ ਬੋਲ, ਦੱਸ। ਪਹਿਲਾਂ ਤਾਂ ਹੌਲੀ ਬੋਲ, ਉੱਚੀ ਨਾ ਬੋਲ, ਮਾਂ ਨੂੰ ਨਾ ਪਤਾ ਲੱਗ ਜੇ। ਹਾਂ ਚੰਗਾ ਦੱਸ। ਮੈਂ ਕਹਿੰਦੀ ਸੀ, ਮੈਂ ਨਾ ਕਾਲਜ ਜਾ ਕੇ ਆਉਣਾ ਸੀ, ਡਿਗਰੀ ਫੜ ਕੇ ਲਿਆਉਣੀ ਸੀ, ਤੂੰ ਮਾਂ ਨੂੰ ਕਹਿ ਦੇ ਵੀ ਇਹ ਜਾਊਗੀ ਕਾਲਜ, ਮੈਨੂੰ ਭੇਜ ਦੂਗੀ। ਉਹ ਮੈਂ ਮਰ ਜਾਂ, ਦੇਖੀ ਮੈਨੂੰ ਅੱਗੇ ਕਰ ਦਿੰਦੀ, ਨਹੀਂ ਤੇਰੀ ਮਾਂ ਮੇਰੇ ਜੁੰਡੇ ਪੱਟ ਦਊਗੀ, ਕਿਉਂ ਮੇਰੇ ਛਿੱਤਰ ਪਾਉਂਦੀ ਹੁੰਦੀ ਹੈਗੀ, ਤੂੰ ਆਪ ਗੱਲ ਕਰ ਲੈ। ਭਾਬੀ ਬਣ ਕੇ ਦੇਖੀ, ਤੂੰ ਇੰਨਾ ਨਹੀਂ ਕਰ ਸਕਦੀ ਮੇਰੇ ਲਈ, ਅੱਜ ਤਾਂ ਮੈਂ ਤੈਨੂੰ ਇਹ ਕੰਮ ਕਿਹਾ ਛੋਟਾ ਜਿਹਾ, ਭਾਬੀ ਬਣ ਕੇ ਪਲੀਜ਼ 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 ਕਰ ਦੇ। ਅੱਗੇ ਤੇਰੇ ਕਿੰਨੇ ਕੰਮ ਕਰਤੇ, ਤੇਰਾ ਤਾਂ ਕੁਛ ਜਾਂਦਾ ਨਹੀਂ ਹੈਗਾ, ਮੇਰੇ ਜੁੱਤੀਆਂ ਪੈ ਜਾਂਦੀਆਂ ਨੇ। ਮੇਰੀ ਗੱਲ ਸੁਣ ਲੈ ਅੰਜਲੀ, ਬੀਬੀ ਨਾਲ ਤਾਂ ਨਹੀਂ ਮੈਂ ਗੱਲ ਕਰਦੀ, ਤੇਰੇ ਵੀਰੇ ਨਾਲ ਗੱਲ ਕਰ। ਨਾ 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 ਨਾ, ਵੀਰੇ ਨਾਲ ਕੋਈ ਗੱਲ ਨਹੀਂ ਕਰਨੀ, ਵੀਰੇ ਨੂੰ ਕਿ ਦੱਸਣਾ, ਮਾਂ ਤੋਂ ਪਰਮਿਸ਼ਨ ਲੈਣੀ ਹੈ, ਮਾਂ ਨੂੰ ਇੱਕ ਵਾਰੀ ਕਹਿ ਦੇ, ਨਾਲੇ ਮੈਂ ਕਿਹੜਾ ਬਾਹਲਾ ਟਾਈਮ ਲਾਉਣਾ ਹੈ। ਜਾਣਾ ਕਿੱਥੇ ਤੂੰ, ਦੱਸਿਆ ਤਾਂ ਹੈ ਕਾਲਜ ਹੀ ਜਾਣਾ। ਅਤੇ ਫਿਰ ਕਿੰਨੇ ਚਿਰ 'ਚ ਮੁੜੇਂਗੀ? 2 ਘੰਟੇ ਭਾਬੀ, ਐਂ ਗਈ ਅਤੇ ਐਂ ਆਈ, ਮਿੰਟ ਵੀ ਨਹੀਂ ਲੱਗਣਾ। ਕੋਈ ਨਹੀਂ ਭਾਬੀ, ਬਣ ਕੇ ਦੇਖੀ, ਪਲੀਜ਼ ਪਲੀਜ਼ ਪੁੱਛ ਲੈ ਮਾਂ ਨੂੰ। ਤੇਰੇ ਪਿੱਛੇ ਹੁਣ ਮੈਨੂੰ ਜੁੱਤੀਆਂ ਖਾਣੀਆਂ ਪੈਣਗੀਆਂ, ਚੱਲ ਕੋਈ ਨਹੀਂ, ਖਾ ਲੈਂਦੀ ਹਾਂ, ਤੂੰ ਵੀ ਤਾਂ ਮੇਰੇ ਕੰਮ ਆਉਂਦੀ ਹੈ, ਜਦੋਂ ਕਈ ਵਾਰ ਤੇਰਾ ਵੀਰਾ ਕੁੱਟਦਾ ਤੂੰ ਮੈਨੂੰ ਛਡਾ ਲੈਂਦੀ ਹੈਗੀ। ਚੱਲ ਕੋਈ ਨਹੀਂ ਬੀਬੀ, ਤੋਂ ਤਾਂ ਮੈਂ ਗਾਲਾ ਖਾ, ਪਹਿਲਾਂ ਮੇਰੀ ਸਹੁੰ ਖਾ ਵੀ, 2 ਘੰਟੇ 'ਚ ਮੁੜੇਂਗੀ। ਓਹ ਭਾਬੀ, ਤੈਨੂੰ ਯਕੀਨ ਨਹੀਂ ਮੇਰੇ 'ਤੇ, ਜਦੋਂ ਮੈਂ ਤੈਨੂੰ ਕਹਿਤਾ ਵੀ ਮੈਂ ਆ ਜਾਊਂਗੀ, ਮੇਰੇ ਕੋਲ ਫੋਨ ਹੋਊਗਾ, ਤੂੰ ਚਾਹੇ ਫੋਨ ਕਰਕੇ ਪੁੱਛ ਲਈ। ਉਹ ਨਾ ਹੋਵੇ ਤਾਂ 3 ਵਜੇ ਆਵੇ ਅਤੇ ਮੇਰੇ ਜੁੰਡੇ ਪੱਟ ਦੇ ਘਰੇ। ਨਹੀਂ ਨਹੀਂ, ਮੈਂ ਟਾਈਮ ਸਿਰ ਹੀ ਆ ਜਾਊਂਗੀ, ਤੂੰ ਉਹ ਟੈਨਸ਼ਨ ਨਾ ਲੈ। ਅਤੇ ਭਾਬੀ, ਮੇਰੇ ਕੋਲ ਪੈਸੇ ਵੀ ਨਹੀਂ ਹੈਗੇ, 200 ਰੁਪਏ ਦੇ ਦੇਂਗੀ ਮੈਨੂੰ? ਪੈਸੇ ਤਾਂ ਕੋਈ ਗੱਲ ਨਹੀਂ, ਮੈਂ ਤੇਰੇ ਵੀਰੇ ਤੋਂ ਲੈ ਦੂੰਗੀ, ਪਰ ਬਾਲੇ ਨਾ ਖਰਚ ਕਰਕੇ ਹੀ ਚੰਗਾ। ਨਹੀਂ 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 ਨਹੀਂ, ਕੁਛ ਨਹੀਂ ਖਰਚ ਕਰਦੀ ਮੈਂ, ਅਤੇ ਮਾਂ ਬਾਹਰ ਹੀ ਬੈਠੀ ਹੈ, ਪੁੱਛ ਲਾ ਭਾਬੀ ਬਣ ਕੇ। ਤੂੰ ਚੱਲ, ਮੈਂ ਆਉਂਦੀ ਹਾਂ। ਨਹੀਂ ਨਹੀਂ, ਤੂੰ ਮੂਹਰੇ ਪਲੀਜ਼। ਡਰ ਵੀ ਲੱਗੀ ਜਾਂਦਾ, ਮੈਂ ਤਾਂ ਦਿਲ ਧੜਕੇ ਜਾਂਦਾ, ਮੈਂ ਕੀ ਕਹੂੰਗੀ ਉਹਨੇ? ਕੁਛ ਨਹੀਂ ਹੁੰਦਾ ਭਾਬੀ, ਤੂੰ ਤਾਂ ਦਲੇਰਾਂ ਕਰ ਦੇਂਗੀ। ਕੰਮ ਚੱਲ, ਤੂੰ ਵੀ ਦਲੇਰਾਂ ਜਾ। ਚੱਲ ਫਿਰ ਅੱਗੇ ਅੱਗੇ, ਚੱਲ ਚੱਲ ਚੱਲ। ਪਹਿਲਾਂ ਸਵੇਰੇ ਮੇਰੇ ਕੋਲ ਪਈਆਂ। ਕੋਈ ਨਹੀਂ ਭਾਬੀ, ਬਣ ਗਈ, ਚੱਲ 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 ਭਾਬੀ, ਚੱਲ 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 ਗਾਲ ਖਾਂਗੀ। ਬੇਬੇ, ਹਾਂ ਬੇਬੀ, ਮੈਂ ਐਂ ਕਹਿੰਦੀ ਸੀ, ਬੋਲ। ਉਹ ਅੰਜਲੀ ਨੇ ਕਾਲਜ ਜਾਣਾ ਸੀ। ਕਾਲਜ ਜਾਣਾ ਸੀ? ਮੈਂ ਤੁਹਾਨੂੰ ਉਦਾਂ ਹੀ ਕਹਿ ਚੁੱਕੀ ਹਾਂ ਵੀ ਹੁਣ ਪੜ੍ਹਾਈ ਕੋਈ ਕਰਨੀ ਨਹੀਂ ਹੈਗੀ, ਕੋਈ ਲੋੜ ਨਹੀਂ ਪੜ੍ਹਾਈ ਦੀ। ਹੈਂ, ਇਹਦੇ ਵਾਸਤੇ ਟਿਕਾਣਾ ਦੇਖਦੇ ਫਿਰਦੇ ਹਾਂ, ਕਾਲਜ ਕੀ ਕਰਨ ਜਾਣਾ? ਬੀਬੀ, ਪੜ੍ਹਨ ਨਹੀਂ ਜਾਣਾ ਹੈਗਾ, ਜਿਹੜੀ ਇਹਨੇ ਪੜ੍ਹਾਈ ਕੀਤੀ ਕੋਈ ਡਿਗਰੀ ਡੁਗਰੀ ਲੈਣ ਜਾਣਾ। ਡਿਗਰੀ ਲੈਣ ਜਾਣਾ? ਫਿਰ ਉਹ ਮੁੰਡਾ ਗਿਆ ਸੀ ਉਹਦੇ ਨਾਲ ਵਗ ਜਾਂਦੀ? ਉਹ ਤਾਂ ਬੀਬੀ, ਉਹ ਸਵੇਰ ਹੀ ਵਗ ਗਿਆ ਵੀਰਾ, ਅਤੇ ਮੈਨੂੰ ਤਾਂ ਹੁਣ ਫੋਨ ਆਇਆ ਮੇਰੇ ਟੀਚਰ ਦਾ, ਉਹ ਕਹਿੰਦੇ ਹੁਣ ਲੈ ਜਾਓ, ਅੱਜ ਉਹਦਾ ਦਿਨ ਹੀ ਹੈ। ਚੱਲ ਚੰਗਾ, ਐਂ ਕਰ, ਤੇਰੇ ਦੂਜੇ ਭਰਾ ਨਾਲ ਲੈ ਜਾ, ਵਗ ਜਾ। ਓਹੋ ਬੀਬੀ, ਉਹ ਤਾਂ ਖੇਤ ਜਾਂਦੇ ਸੀ, ਜੇ ਤੂੰ ਕਹੇ ਮੈਂ ਵਗ ਜਾਂਦੀ ਅੰਜਲੀ ਨਾਲ। ਤੂੰ ਵਗ ਜਾਂਦੀ ਹੈ, ਤੇਰਾ ਕੀ ਮਤਲਬ ਜਾਣਦਾ? ਹੈ, ਪੁੱਛੇ ਤੋਂ ਬਗੈਰ ਜੇ ਦਿਲ 'ਚੋਂ ਪੈਰ ਬਾਹਰ ਧੜਿਆ ਦੇਖ ਲਈ। ਚੱਲ ਕੋਈ ਨਾ ਫਿਰ ਬੀਬੀ, ਇਹਨੂੰ ਤਾਂ ਵਗ ਜਾਂਦੇ, ਪਹਿਲਾਂ ਵੀ ਤਾਂ ਪੜ੍ਹਦੀ ਸੀ, ਇਹ ਕਿਹੜਾ ਅੱਜ ਇਕੱਲੀ ਪਹਿਲੀ ਵਾਰ ਜਾਊਗੀ? ਨਹੀਂ, ਜਾਣਾ ਨਹੀਂ। ਕੋਈ ਨਾ ਬੀਬੀ, ਵਗ ਜਾਂਦੇ, ਡਿਗਰੀ ਲੈਣ ਜਾਣਾ ਤਾਂ ਮਾਸਟਰ ਦਾ ਫੋਨ ਆਈ ਜਾਂਦਾ ਵਾਰ ਵਾਰ। ਕਿੰਨਾ ਕੁ ਟਾਈਮ ਲੱਗੂ? 2 ਘੰਟੇ ਬੀਬੀ, 2 ਘੰਟੇ ਨੂੰ ਆਜੂ ਬੀਬੀ।
ਦੋ ਘੰਟੇ ਚਲੀ ਜਾ, ਦੋ ਘੰਟੇ ਤਾਂ ਤੈਨੂੰ ਦਿੱਤੇ, ਜੇ ਢਾਈ ਹੋ ਗਏ ਤੂੰ ਹਿਸਾਬ ਲਾ ਲਈ ਆਪਦਾ, ਤੇਰੇ ਨਾਲ ਕੀ ਬਣੂਗੀ। ਨਹੀਂ 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 ਮੈਂ ਆ ਜਾਊਂਗੀ ਬੀਬੀ, ਦੋ ਘੰਟੇ। ਥੈਂਕ ਯੂ। ਆ ਜਾਓ ਬੀਬੀ ਦੀਵਾਲੀ ਵਾਸਤੇ ਆ ਜੀ, ਚੰਗਾ। ਹਾਂ 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 ਅਤੇ ਮੈਂ ਕਹਿੰਦੀ ਸੀ ਬੀਬੀ ਉਹ 200 ਰੁਪਇਆ ਵੀ ਦੇ ਦੇ ਇਹਨੂੰ। ਉਹ ਮੇਰੇ ਸਰਾਂ ਨੇ ਥਾਲੀ ਪਿਆ, ਦੇ ਦਿਓ ਚੱਕ ਕਮਰੇ 'ਚ ਮੇਰੇ ਵਾਲੀ 'ਚ। ਬੀਬੀ ਐਂ ਤਾਂ ਸਿਆਣੀ ਹੈ ਬੀਬੀ, ਜਦੋਂ ਤੂੰ ਹੈ ਕਹਿੰਦੀ ਹੈਗੀ ਵਾਲੀ ਚੰਗੀ ਲੱਗਦੀ ਹੈ ਸੱਚੀ, ਸੌਂ ਲੱਗੇ। ਹੁਣ ਦੱਸ ਤੈਨੂੰ ਕੀ ਲਿਆ ਕਿ ਦਵਾਂ, ਲੱਸੀ ਕੇ ਚਾਹ? ਕੋਈ ਨਾ, ਪਾਣੀ ਪੀ ਲੂੰਗੀ ਮੈਂ, ਹਾਲੇ ਲੋੜ ਨਹੀਂ ਮੈਨੂੰ ਚਾਹ ਦੀ। ਕੁਲਚਾ ਲਿਆ ਦੀ ਮੈਨੂੰ, ਚੰਗਾ ਜਾ ਹੁਣ ਤੁਰ ਜਾ, ਸਲਾਹਾਂ ਹੀ ਹੋ ਜਾਣਗੀਆਂ। ਠੀਕ ਹੈ ਬੀਬੀ, 200 ਰੁਪਇਆ ਦੇ ਦਾ ਇਹਨੂੰ, ਫਿਰ ਦੇ ਦਿਓ ਉੱਥੋਂ, ਆ ਜਾ। ਚੰਗਾ ਬੀਬੀ, ਬਣ ਗਈ ਗੱਲ। ਇਹ ਕੁੜੀ ਜੀ ਦੀ ਵੀ ਸਮਝ ਨਹੀਂ ਆਉਂਦੀ, ਕਦੇ ਕਾਲਜ ਜਾਣਾ ਕਦੇ ਡਿਗਰੀ ਲੈਣ ਜਾਣਾ ਹੈ, ਮੈਨੂੰ ਇਹਨਾਂ ਗੱਲਾਂ ਦੀ ਸਮਝ ਹੀ ਨਹੀਂ ਆਉਂਦੀ ਵੀ ਇਹ ਕਰਦੀ ਕੀ ਹੈ, ਕਮਾਉਂਦੀ ਕੀ ਹੈ। ਮੈਂ ਇੰਨੇ ਬਹਾਨੇ ਬਣਾ ਕੇ ਆਈ ਹਾਂ ਅਤੇ ਤੁਸੀਂ ਚੁੱਪ ਕਰੇ ਬੈਠੇ ਹੋ, ਬੋਲਦੇ ਕਿਉਂ ਨਹੀਂ? ਮੈਂ ਕੀ ਬੋਲਾਂ, ਮੈਨੂੰ ਤਾਂ ਅੱਗੇ ਨਹੀਂ ਕੋਈ ਗੱਲ ਸਮਝ ਆਉਂਦੀ। ਤੈਨੂੰ ਮੈਂ ਕਿੰਨੇ ਵਾਰੀ ਕਿਹਾ ਤੂੰ ਅੱਗੇ ਐਡਮਿਸ਼ਨ ਕਰਵਾ ਦੇਣਾ, ਐਂ ਹੁਣ ਰੋਜ਼ ਰੋਜ਼ ਕਿਵੇਂ ਮਿਲਿਆ ਕਰਾਂਗੇ ਚੋਰੀਆਂ? ਜੇ ਮੇਰੇ ਹੱਥ 'ਚ ਹੁੰਦਾ ਐਡਮਿਸ਼ਨ ਕਰਵਾਉਣਾ ਤਾਂ ਮੈਂ ਭਰ ਦਿੰਦੀ, ਮੈਂ ਕੀ ਕਰਾਂ, ਬੇਬੇ ਮੰਨਦੀ ਨਹੀਂ, ਕਹਿੰਦੀ ਤੈਨੂੰ ਕੀ ਲੋੜ ਅੱਗੇ ਪੜ੍ਹਨ ਦੀ। ਐਂ ਤਾਂ ਔਖਾ ਹੋ ਜੂਗਾ ਆਪਣਾ, ਨਾਲ ਤੈਨੂੰ ਵੀ ਪਤਾ ਜੇ ਤੈਨੂੰ ਮੈਂ ਇੱਕ ਦਿਨ ਨਾ ਮਿਲਾ ਮੇਰੇ ਤੋਂ ਵੀ ਨਹੀਂ ਜੀ ਲੱਗਦਾ। ਤੂੰ ਮਨਾ ਆਪਦੀ ਭਰਜਾਈ ਨੂੰ ਕਹਿ ਕੇ ਗੱਲ ਕਰ ਲਾ, ਉਹ ਮੰਮੀ ਵਰਗੇ ਨਾਲ ਗੱਲ ਕਰ ਲੂਗੀ। ਭਾਬੀ ਦਾ ਕੀ ਕਹਾਂ ਮੈਂ, ਭਾਬੀ ਤਾਂ ਆਪ ਵਿਚਾਰੀ ਡਰਦੀ ਹੈ, ਭਾਬੀ ਨੂੰ ਬੇਬੇ ਗਾਲਾਂ ਪਤਾ ਕਿੰਨੀਆਂ ਦਿੰਦੀ ਹੈ, ਉਹ ਤਾਂ ਫਿਰ ਵੀ ਵਿਚਾਰੀ ਮੇਰੀ ਇੰਨੀ ਹੈਲਪ ਕਰਦੀ ਆ। ਅੱਜ ਵੀ ਮੈਂ 100 ਬਹਾਨੇ ਬਣਾ ਕੇ ਭਾਬੀ ਨੂੰ ਮਨਾਇਆ ਵੀ ਤੂੰ ਮਾਂ ਕੋਲ ਜਾ ਕੇ ਗੱਲ ਕਰ, ਉਹਨੇ ਗੱਲ ਕੀਤੀ ਤਾਂ ਮਾਂ ਨੇ ਮੈਨੂੰ 2 ਘੰਟੇ ਭੇਜਿਆ, ਨਹੀਂ ਕਿੱਥੇ ਭੇਜਣਾ ਸੀ। ਅਤੇ ਫਿਰ ਤੂੰ ਆਪਦੇ ਛੋਟੇ ਵੀਰੇ ਨੂੰ ਕਹਿ ਦੇ, ਉਹ ਤਾਂ ਤੇਰੇ ਨਾਲ ਪੜ੍ਹਦਾ ਹੀ ਹੁੰਦਾ ਗਾ, ਉਹਨੂੰ ਕਹਿ ਦੇ ਉਹਦੇ ਆਖੇ ਲੱਗ ਜਾਣਗੇ। ਅਭੀ ਉਹ ਤਾਂ ਐਡਾ ਦੁਸ਼ਮਣ ਹੈ ਨਾ ਮੇਰਾ, ਉਹ ਤਾਂ ਜਮੀ ਨਹੀਂ ਮੇਰੀ ਗੱਲ ਮੰਨਦਾ ਹੈਗਾ, ਤੂੰ ਵੀ ਕਿਹਦਾ ਨਾਂ ਲੈਣਾ ਗਾ? ਪਤਾ ਨਹੀਂ ਕਿਹੋ ਜਿਹਾ ਤੁਹਾਡਾ ਟੱਬਰ ਹੈਗਾ, ਉਈ ਨਹੀਂ ਪੜ੍ਹਨ ਲਾਉਂਦੇ, ਅੱਜ ਕੱਲ੍ਹ ਤਾਂ ਸਾਰੀ ਦੁਨੀਆ ਪੜ੍ਹੀ ਜਾਂਦੀ ਹੈ। ਨਾਲੇ ਮੈਂ ਬੇਬੇ ਨੂੰ ਕਿਹਾ ਸੀ ਮੇਰੇ ਇੰਨੇ ਸੋਹਣੇ ਨੰਬਰ ਆਏ ਆ ਵੀ ਮੈਨੂੰ ਅੱਗੇ ਪੜ੍ਹ ਲੈਣ ਦੇ, ਖੌਰੇ ਮੈਨੂੰ ਵਧੀਆ ਨੌਕਰੀ ਮਿਲ ਜੇ, ਪਰ ਕਹਿੰਦੀ ਨਹੀਂ ਅੱਗੇ ਨਹੀਂ ਪੜ੍ਹਨਾ। ਦੇਖ ਅੰਜਲੀ, ਮੈਂ ਤਾਂ ਇੱਕ ਗੱਲ ਜਾਣਦਾ ਗਾ, ਐਂ ਤੂੰ ਹੁਣ ਰੋਜ਼ ਕਿੰਨੇ ਕੁ ਬਹਾਨੇ ਮਾਰਿਆ ਕਰੇ ਕਰੇ, ਨਾਲੇ ਆਪਾਂ ਹੁਣ ਰੋਜ਼ ਚੋਰੀ ਚੋਰੀ ਕਿਵੇਂ ਮਿਲਿਆ ਕਰਾਂਗੇ? ਉਹੀ ਤਾਂ ਤੈਨੂੰ ਮੈਂ ਕਹਿੰਦੀ ਹਾਂ ਬੇਬੇ, ਪਤਾ ਕੀ ਕਹਿੰਦੀ ਸੀ ਮੈਨੂੰ, ਅੱਗੇ ਐਡਮਿਸ਼ਨ ਨਹੀਂ ਭਰਨੀ, ਨਾਲੇ ਤੇਰੇ ਰਿਸ਼ਤੇ ਦੀ ਗੱਲ ਚਲਾਉਂਦੀ ਹਾਂ, ਤੇਰੇ ਭਰਾਵਾਂ ਨੂੰ ਕਹਿੰਦੀ ਹਾਂ ਤੇਰੇ ਵਾਸਤੇ ਕੋਈ ਮੁੰਡਾ ਲੱਭਣਗੇ ਅਤੇ ਮੇਰਾ ਵਿਆਹ ਕਰਨਗੇ, ਪਰ ਮੈਂ ਹਾਲੇ ਵਿਆਹ ਨਹੀਂ ਕਰਾਉਣਾ। ਮੈਂ ਭਾਬੀ ਨੂੰ ਵੀ ਕਿਹਾ ਸੀ ਪਰ ਮੈਂ ਕੀ ਕਰਾਂ, ਮੇਰੀ ਚੱਲਦੀ ਨਹੀਂ ਹੈਗੀ ਘਰੇ, ਤੁਸੀਂ ਆਪਦੇ ਘਰੇ ਗੱਲ ਕਰ ਲਓ ਨਾ ਆਪਣੇ ਵਿਆਹ ਦੀ। ਮੈਂ ਤਾਂ ਅੰਜਲੀ ਵਿਆਹ ਦੀ ਗੱਲ ਕਰ ਲੂੰ, ਨਾਲੇ ਮੇਰਾ ਤਾਂ ਵੀਰਾ ਵੀ ਆਇਆ ਹੋਇਆ ਫੌਜ 'ਚ, ਉਹ ਤਾਂ ਮੰਨ ਜੂ, ਪਰ ਤੈਨੂੰ ਵੀ ਤਾਂ ਆਪਦੇ ਘਰੇ ਗੱਲ ਕਰਨੀ ਪਊ ਨਾ। ਮੈਂ ਕਿਵੇਂ ਕਰਾਂ, ਮੈਨੂੰ ਤਾਂ ਬਾਹਲਾ ਡਰ ਲੱਗਦਾ, ਮੈਂ ਤਾਂ ਭਾਬੀ ਨੂੰ ਦੱਸਿਆ ਸੀ, ਭਾਬੀ ਕਹਿੰਦੀ ਤੇਰੇ ਪੜ੍ਹਨ ਦੀ ਗੱਲ ਕਰ ਸਕਦੀ ਹਾਂ ਪਰ ਤੇਰੇ ਵਿਆਹ ਦੀ ਨਹੀਂ। ਗਰਮੀ ਨੇ ਨਾ ਯਾਰ ਹੱਦ ਪਾਰ ਕਰਤੀ, ਨਾ ਕੋਈ ਕਾਲਜ ਆਉਂਦਾ। ਆਹ ਪਾਰਕ ਦੇਖ ਲੈ, ਇਹਨੂੰ ਬਦਨਾਮ ਕਰ ਰੱਖਿਆ ਇਹਨਾਂ ਨੇ, ਆਸ਼ਕਾਂ ਨੇ ਕਿਵੇਂ ਬੈਠੇ ਨੇ ਦੇਖ ਲੈ। ਆਹ ਕੌਣ ਬੈਠੀ ਹੈ, ਮੈਨੂੰ ਲੱਗਦਾ ਅੰਜਲੀ ਬੈਠੀ ਹੈ। ਤਾਂ ਯਾਰ ਅੰਜਲੀ ਵੀ ਆ, ਪਰ ਇਹ ਉਰੇ ਕੀ ਕਰਦੀ ਆ? ਮੈਂ ਕੱਢਦਾ ਇਹਦਾ ਆਸ਼ਕੀ ਦਾ ਭੂਤ। ਉਹੀ ਤਾਂ ਗੱਲ ਹੈ, ਉਹੀ ਤਾਂ ਤੁਹਾਨੂੰ ਕਹੀ ਜਾਂਦੀ ਹਾਂ, ਆਪਾਂ ਨੂੰ ਹੁਣ ਕੋਈ ਨਾ ਕੋਈ ਡਿਸੀਜ਼ਨ ਤਾਂ ਲੈ। ਅਭੀ ਤਾਂ ਤੂੰ ਕੁੜੀਆਂ ਇੱਥੇ ਬੈਠੀ ਕੀ ਕਰਦੀ ਹੈ, ਕੌਣ ਹੈ ਮੁੰਡਾ? ਕੁਛ ਨਹੀਂ ਵੀਰੇ, ਮੈਂ ਤੈਨੂੰ ਅੱਖਾਂ ਨਾਲ ਦੇਖੀ ਹੈ ਨਾ, ਉੱਥੋਂ ਮੈਂ ਦੇਖ ਕੇ ਆਇਆ ਸਪੈਸ਼ਲ। ਇਹ ਕੌਣ ਹੈ ਪਹਿਲਾਂ ਮੈਨੂੰ ਐਂ ਦੱਸ। ਬਾਈ ਮੈਂ ਫਰੈਂਡ ਹੈਗਾ। ਕਿਹੜਾ ਫਰੈਂਡ ਆ ਤੂੰ, ਪਹਿਲਾਂ ਤਾਂ ਕਦੇ ਤੈਨੂੰ ਦੇਖਿਆ ਨਹੀਂ ਉਰੇ, ਕਲਾਸ 'ਚ ਪੜ੍ਹਦਾ ਮੇਰੇ ਨਾਲ। ਮੇਰੀ ਗੱਲ ਸੁਣ ਲਾ, ਤੂੰ ਚਾੜੇਗੀ ਚੰਦ, ਤੂੰ ਕਰੇਂਗੀ ਸਾਡਾ ਮੂੰਹ ਕਾਲਾ, ਸਿੱਧੀ ਹੋ ਕੇ ਕਰੇ ਤੁਰਪਾ ਨਾਲੇ। ਨਹੀਂ ਇਹ ਤਾਂ ਨੋਟ, ਓ ਯਾਰ ਚੁੱਪ ਕਰ, ਪਿਛਲਾ ਬੋਲ। ਬਾਈ ਇਹੋ ਜਿਹੀ ਤਾਂ ਗੱਲ ਨਹੀਂ ਕੋਈ। ਕਿਹੜੇ ਨੋਟਸ ਨੇ ਮੈਨੂੰ ਦੱਸ, ਤਾਂ ਹੀ ਮੇਰੇ ਨਾਲ ਤੂੰ ਕਾਲਜ ਨਹੀਂ ਆਉਂਦੀ ਹੈ? ਆਹ ਚੰਡੇ ਚਾਲ ਚੁਲਾਉਂਦੀ ਫਿਰਦੀ ਆ ਤੂੰ।
ਕੁਸਰਮੁਸਰ ਚੱਲ ਰਹੀ ਆ, ਸਿੱਧੀ ਹੋ ਕੇ ਘਰੇ ਚੱਲਦਾ, ਨਾਲੇ ਮੇਰੀ ਗੱਲ ਸੁਣ, ਮੈਂ ਬੇਬੇ ਨੂੰ ਦੱਸਦਾ ਤੇਰੀਆਂ ਕਰਤੂਤਾਂ ਬਾਰੇ, ਸਿੱਧੀ ਹੋ ਕਰਦਾ, ਮੇਰੀ ਗੱਲ ਸੁਣ, ਅੱਗੇ ਤੂੰ ਮੇਰੀ ਭੈਣ ਦੇ ਤੂੰ ਆਲੇ ਦੁਆਲੇ ਦੀ ਗੱਲ ਲੱਤਾਂ ਤੋੜ ਦਾਂਗੇ ਤੇਰੀਆਂ। ਬਾਬੀ ਹਾਂ ਆ ਗਏ ਤੁਸੀਂ? ਹਾਂ ਹਾਂ ਆ ਗਏ ਸੀ। ਤੇ ਵੀਰਾ? ਲੈ ਹੁਣ ਵੀਰਾ ਕਿ ਉੱਥੇ ਰਹੂ ਜਦੋਂ ਮਾਇਆ ਆ ਗਈ, ਉਹ ਵੀ ਆ ਗਿਆ। ਭਾਬੀ ਮੈਂ ਨਾ ਇੱਕ ਗੱਲ ਕਰਨੀ ਸੀ। ਅੱਛਾ ਹਾਂ ਦੱਸ। ਤੇ ਮੈਂ ਨਾ ਵੀਰੇ ਤੋਂ ਡਰਦਾ ਸੀ, ਤੇ ਤੂੰ ਵੀਰੇ ਨਾਲ ਗੱਲ ਕਰ ਲੇਗੀ? ਗੱਲ ਦੱਸੇਗਾ ਵੀ ਫੇਰ ਹੀ ਗੱਲ ਕਰੂੰ, ਕੀ ਗੱਲ ਕਰ ਲਾਂ ਮੈਂ? ਭਾਬੀ ਤੂੰ ਐਂ ਕਹਿੰਦਾ ਸੀ ਹਾਂ ਮੇਰੇ ਨਾਲ ਨਾ ਕੁੜੀ ਪੜ੍ਹਦੀ ਆ। ਅੱਛਾ। ਤੇ ਮੈਂ ਉਹਦਾ ਵਿਆਹ ਕਰਾਉਣਾ ਗਾ, ਤੇ ਆਪਣੇ ਨਾਲ ਦੇ ਪਿੰਡ ਦੀ ਹੈਗੀ, ਤੂੰ ਵੀਰੇ ਨੂੰ ਪੁੱਛ ਲਈ, ਤੇ ਜੇ ਵੀਰਾ ਮੰਨ ਗਿਆ ਤਾਂ ਫਿਰ ਆਪਾਂ ਉਹਨਾਂ ਘਰੇ ਜਾ ਗੱਲ ਕਰ ਲਾਂਗੇ। ਅੱਛਾ ਜੇ ਤੇਰਾ ਵੀਰਾ ਨਾ ਮੰਨਿਆ ਫਿਰ? ਫਿਰ ਬੀਬੀ ਨੂੰ ਕਹਿ ਦੀ, ਬੀਬੀ ਮਨਾ ਲੂਗੀ। ਆਖੇ ਬੀਬੀ ਮਨਾ ਲੂ ਕਿਉਂ, ਤੇਰੇ ਕਿ ਮੂੰਹ ਤੇ ਚੇਪੀ ਲੱਗੀ ਆ, ਤੂੰ ਕਹਿ ਦੇ ਬੀਬੀ ਨੂੰ। ਮੈਂ ਕਦੇ ਫਿਰ ਬੀਬੀ ਵਰਗੇ ਮੂਹਰੇ ਬੋਲਿਆ ਨਹੀਂ, ਕਿਹਾ ਨਹੀਂ ਕੁਛ। ਅੱਛਾ ਤੇ ਉਦੋਂ ਜਦੋਂ ਕੁੜੀ ਨਾਲ ਗੱਲ ਕਰਦਾ ਸੀ ਤੇ ਉਦੋਂ ਤਾਂ ਡਰ ਨਹੀਂ ਸੀ ਬੀਬੀ ਦਾ ਜਾਂ ਬਾਈ ਦਾ, ਤੇ ਹੁਣ ਆਖੇ ਮੈਂ ਬੋਲਿਆ ਨਹੀਂ ਕਦੇ। ਉਹ ਪਤਾ ਗੱਲ ਕੀ ਆ ਭਾਬੀ, ਉਹ ਕਹਿੰਦੇ ਮੈਨੂੰ ਹੁਣ ਪੜ੍ਹਨ ਨਹੀਂ ਲਾਉਂਦੇ, ਵਿਆਹ ਕਰਨਗੇ, ਫਿਰ ਉਹ ਕਹਿੰਦੇ ਵੀ ਆਪਾਂ ਕਰਾਉਣਾ ਗਾ, ਵੀ ਤੂੰ ਘਰੇ ਗੱਲ ਕਰ ਲਾ। ਕਿਹਦੀ ਕੁੜੀ ਹੈ? ਕੁੜੀ ਤਾਂ ਜ਼ਿਮੀਂਦਾਰਾਂ ਦੀ ਆ। ਅੱਛਾ ਅੱਛਾ ਵੇਖ ਭੋਲਿਆ ਜੇ, ਤੂੰ ਆਹ ਕੰਮਾਂ 'ਚ ਕਦੋਂ ਵੜ ਗਿਆ? ਮੈਂ ਨਾਲ ਪੜ੍ਹਦੀ ਹੁੰਦੀ ਸੀ, 2-3 ਸਾਲ ਹੋ ਗਏ ਪੜ੍ਹਦੀ ਨੂੰ। ਪੜ੍ਹਦੀ ਤਾਂ ਹੈਗੀ ਸੀ। ਵਧੀਆ ਫਰੈਂਡ ਆ ਮੇਰੀ ਫਿਰ। ਆਹੋ ਫਰੈਂਡ, ਫਰੈਂਡਾਂ ਬਣਾਉਣਾ ਤਾਂ ਆ ਗਈਆਂ, ਕੰਮ ਤਾਂ ਤੈਨੂੰ ਕੋਈ ਆਉਂਦਾ ਨਹੀਂ। ਚੱਲ ਚੰਗਾ ਭਾਬੀ, ਤੂੰ ਵੀ ਨਾ ਲੜਿਆ ਕਰ, ਆਹ ਪਾਥੀਆਂ ਮੈਂ ਲੈ ਜਾ ਕੇ। ਕੋਈ ਨਹੀਂ, ਪਾਥੀਆਂ ਤਾਂ ਲੈ ਜਾਏਗਾ ਚੱਕ ਕੇ, ਮੈਂ ਕੋਈ ਨਹੀਂ ਤੇਰੇ ਵੀਰੇ ਨਾਲ ਗੱਲ ਦੇਖੂ ਕਰਕੇ, ਜੇ ਤਾਂ ਉਹ ਮੰਨ ਗਿਆ, ਜੇ ਐਵੇਂ ਘਰੇ ਰੌਲਾ ਪੈਂਦਾ ਹੋਇਆ ਫੇਰ ਇਸ ਗੱਲ ਨੂੰ ਇੱਥੇ ਦੱਬ ਦੀ। ਭਾਬੀ ਤੇਰੀ ਵੀਰਾ ਮੰਨ ਲਓ ਗੱਲ, ਤੂੰ ਕਹਿ ਨਹੀਂ ਵੀਰੇ ਨੂੰ, ਬਸ ਕਿਵੇਂ ਕਹਿਤੀ। ਆਖੇ ਤੂੰ ਕਹਿ ਨਹੀਂ ਵੀਰੇ ਨੂੰ, ਕੀ ਪਤਾ ਹੁਣ ਕੰਮ ਕਾਰ ਆਉਂਦੇ ਹੋਣ। ਕੰਮ ਕਿਹੜੇ ਸਿੱਖ ਜੂਗੀ, ਤੂੰ ਸਿਖਿਆ ਦੀ ਹੌਲੀ ਹੌਲੀ, ਉਹ ਫਿਰ ਹਜੇ ਪੜ੍ਹਦੀ ਹੈਗੀ। ਅੱਛਾ ਪੜ੍ਹਦੀ ਹੈਗੀ, ਤੇ ਭਾਈ ਭੂਈ ਹੈ ਨਹੀਂ ਉਹਦੇ? ਹੈਗੇ ਨੇ ਭਾਈ ਤਾਂ ਉਹਦੇ। ਤੇ ਫਿਰ ਉਹਨਾਂ ਦੇ ਘਰੇ ਮੰਨ ਜਾਣਗੇ? ਉਹ ਕਹਿੰਦੀ ਮੈਂ ਕਰ ਲੂੰ ਗੱਲ, ਆਪੇ ਕਰ ਲੂਗੀ, ਨਹੀਂ ਫਿਰ ਆਪਾਂ ਭੇਜ ਦਾਂਗੇ, ਪਾਪੇ ਨੂੰ ਭੇਜ ਦਾਂਗੇ ਉਹਨਾਂ ਦੇ ਘਰੇ। ਅੱਛਾ ਅੱਛਾ, ਪਾਪਾ ਜੀ ਆਊਗਾ ਹੁਣ ਵੀ, ਫਿਰ ਤੁਹਾਡੀ ਕੁੜੀ ਦਾ ਹੱਥ ਦੇ ਦਿਓ ਸਾਡੇ ਮੁੰਡੇ ਵਾਸਤੇ। ਹੈ ਫਿਰ ਕੀ ਹੁੰਦਾ ਭਾਬੀ, ਅੱਜ ਕੱਲ੍ਹ ਜਾਂਦੇ ਹੀ ਹੁੰਦੇ ਆਏ, ਅੱਗੇ ਗੱਲਾਂ ਕੁਛ ਹੋਰ ਸੀਗੀਆਂ। ਚੱਲ ਕੋਈ ਨਹੀਂ, ਦੇਖਦੇ ਹਾਂ ਗੱਲ ਕਰਕੇ ਕੀ ਬਣੂਗਾ, ਘਰੇ ਵਿੱਚ ਵਿਚੋਲਾ ਪਾ ਲਾਂਗੇ ਕੋਈ, ਜੇ ਕੁੜੀ ਵਧੀਆ ਹੋਈ। ਫੋਟੋ ਫੋਟੋ ਹੈਗੀ ਹੈ ਵੇ? ਹਾਂ ਫੋਟੋ ਤਾਂ ਫੋਨ 'ਚ ਹੋ, ਤੈਨੂੰ ਦਿਖਾ ਦੂੰ ਮੈਂ। ਚੱਲ ਚੰਗਾ ਫਿਰ। ਹਾਂ ਲਿਆ ਖੜ ਲਾ, ਮੈਂ ਤੈਨੂੰ ਧਰ ਦਿੰਦਾ ਚੁੱਲ੍ਹੇ ਮੂਹਰੇ ਲਿਆ ਕੇ। ਚੱਲ ਕੋਈ ਨਹੀਂ, ਚੱਲ ਜਾ। ਲੈ ਜਿਹੜੀ ਗੱਲ ਦੀ ਕਿਸੇ ਦੀ ਉਮੀਦ ਨਹੀਂ ਸੀ, ਊਂ ਤਾਂ ਦੇਖਣ ਨੂੰ ਭੋਲਾ ਪਟੱਕਾ ਲੱਗਦਾ, ਦੇਖੀ ਗੱਲ ਮਿੰਟ 'ਚ ਹੀ ਕਹਿ ਗਿਆ। ਓਕੇ ਭਾਬੀ ਮੈਂ ਵਿਆਹ ਕਰਾਉਣਾ ਗਾ, ਭਲਾ ਘਰੇ ਕਿਵੇਂ ਮੰਨਣਗੇ, ਮੈਨੂੰ ਤਾਂ ਨਹੀਂ ਲੱਗਦਾ ਹੈਗਾ ਗਾ, ਮੰਨ ਜਾਣਗੇ ਸਾਰੇ। ਚੱਲ ਦੇਖਦੇ ਹਾਂ, ਇਹਨਾਂ ਕੋਲ ਗੱਲ ਕਰਦੀ ਹਾਂ ਪਹਿਲਾਂ। ਬੇਬੇ 60,000 ਰੁਪਇਆ ਦੇ ਮੈਨੂੰ, ਆਪਾਂ ਕੰਪਿਊਟਰ ਕਰਾ ਲਵਾਇਆ ਸੀ ਨਾ, ਉਹਦਾ ਹਿਸਾਬ ਕਰਨਾ ਹੈਗਾ, ਅਤੇ ਇੱਕੋ ਕੰਜਰ ਆੜਤੀਆ ਫੋਨ ਕਰੀ ਜਾਂਦਾ ਵਾਰੀ ਵਾਰੀ, ਉਹਦੇ ਵੀ ਦੇਣੇ ਨੇ। ਆੜਤੀਆ ਫੋਨ ਕਰੀ ਜਾਂਦਾ ਹੈ, ਫਿਰ ਤੂੰ ਉਹਨੂੰ ਧਮਕੀ ਕਾਹਤੋਂ ਨਹੀਂ ਮਾਰਦਾ, ਕਿਉਂ ਨਹੀਂ ਦਿਖਾਉਂਦਾ ਉਹਦੀ ਸ਼ੇਰਾਂ ਵਾਲੀ ਜੁਰਤ? ਝੁੱਗਾ ਚੱਕਦੇ ਆਪਾਂ ਨੇ ਕੀ ਲੈਣਾ ਹੈ? ਉਹ ਬੇਬੇ ਝੁੱਗਾ ਤਾਂ ਮੈਂ ਚੱਕਦਿਆਂ, ਕੱਲ੍ਹ ਨੂੰ ਆਪਾਂ ਅੰਜਲੀ ਦਾ ਵਿਆਹ ਕਰਨਾ, ਉਦੋਂ ਉਸੇ ਕੰਜਰ ਤਿੱਕਰ ਲੋੜ ਪਊਗੀ। ਉਹ ਵੀ ਤੇਰੀ ਗੱਲ ਸਹੀ ਹੈ, ਕੋਈ ਨਹੀਂ ਸੋਚਦੇ ਹਾਂ ਕੀ ਬਣਦਾ। ਓਏ ਗੰਦ ਪਾਇਆ ਇਹਨਾਂ ਨੇ, ਓਏ ਤੂੰ ਆ ਕਿਵੇਂ ਕੁੜੀ ਨੂੰ ਘੜੀਸੀ ਆਉਣਾ? ਘੜੀਸੀ ਆਉਣਾ ਬਾਈ, ਇਹਨੂੰ ਐਂ ਪੁੱਛਾ ਵੀ ਇਹ ਬੈਠੀ ਕਿਹਦੇ ਨਾਲ ਤੀ, ਪਾਰਕ 'ਚ ਇਹ ਕਿਸੇ ਮੁੰਡੇ ਨਾਲ ਬੈਠੀ ਤੀ, ਠਾਲ ਕੇ ਲੈ ਕੇ ਆਇਆ ਇਹਨੂੰ। ਹੈਂ ਨਿਕਲ ਆਣੀਏ, ਆ ਮੁੰਡਾ ਕੀ ਕਹਿੰਦਾ?
ਸਾਡੇ ਘਰ ਵੱਲ ਅੱਜ ਤੱਕ ਕਿਸੇ ਨੇ ਅੱਖ ਨਹੀਂ ਚੱਕ ਕੇ ਦੇਖੀ, ਤੂੰ ਸਾਡੀ ਇੱਜ਼ਤ ਰੋਲਦੀ ਫਿਰਦੀ ਹੈ। ਬੇਬੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਵੀਰੇ ਨੂੰ ਤਾਂ ਗਲਤ ਫਹਿਮੀ ਹੋ ਗਈ, ਉਹ ਤਾਂ ਮੇਰੇ ਨਾਲ ਪੜ੍ਹਦਾ, ਮੈਨੂੰ ਨੋਟਸ ਫੜਾਉਣ ਆਇਆ ਸੀ। ਕੁੜੀਏ ਇੱਥੇ ਚੁੱਪ ਕਰ ਜਾ, ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਤੂੰ ਇਸ ਘਰ ਦੀ ਇੱਜ਼ਤ ਰੋਲਦੀ ਹੈ, ਤੈਨੂੰ ਵੱਢ ਕੇ ਨਾ ਇਸੇ ਘਰ 'ਚ ਇੱਥੇ ਦੱਬੂ, ਅਤੇ ਨਾਲੇ ਤੂੰ ਇਹ ਬਸ਼ਰਮਾ ਜਾ, ਜਦੋਂ ਤੈਨੂੰ ਪਤਾ ਲੱਗ ਗਿਆ ਸੀ ਵੀ ਇਹ ਇਕੱਠੇ ਬੈਠੇ ਨੇ, ਤੂੰ ਘੜੀਸ ਕੇ ਇਹਨੂੰ ਇੱਥੇ ਲੈ ਆਇਆ, ਤੂੰ ਇਹਨਾਂ ਦੀ ਘੰਡੀ ਉੱਥੇ ਕਿਉਂ ਨਹੀਂ ਦੱਬੀ? ਬਈ ਮੈਨੂੰ 2 ਦਿਨ ਦੇ ਦੇ, ਮਨ ਨੂੰ ਛੱਡਦਾ ਨਹੀਂ ਗਾ, ਲੱਤਾਂ ਤੋੜ ਦੂੰ, ਸੋਇਆ ਦੀਆਂ ਲੱਤਾਂ ਤੋੜ ਦੂੰਦੀਆਂ ਮੈਂ। ਉਹ 2 ਦਿਨ ਤਾਂ ਬਹੁਤ ਜ਼ਿਆਦਾ, ਮੈਨੂੰ 24 ਘੰਟਿਆਂ 'ਚ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ। ਬਈ 24 ਘੰਟੇ ਸਹੀ, 24 ਘੰਟੇ ਰੁਕ ਜਾ, ਉਹਦੀ ਸਾਰੀ ਕੁੰਡਲੀ ਕੱਢ ਕੇ ਲੈ ਕੇ ਆਊਂ, ਕੁੰਡਲੀ। ਬਸ ਮੈਨੂੰ ਇਹੀ ਚਾਹੀਦਾ। ਤੂੰ ਫਿਕਰ ਨਾ ਕਰ ਬਈ, ਤੂੰ ਤੇਲ ਦੇਖ ਤੇ ਤੇਲ ਦੀ ਧਾਰ ਦੇਖ, ਬਣਦਾ ਕੀ ਆ। ਕੀ ਹੋ ਗਿਆ ਵੀਰੇ? ਨਾ ਉਹੀ ਗੱਲ ਹੈ, ਕੋਠੇ 'ਤੇ ਅੱਗ ਲਾ ਕੇ ਬੁਝਾਉਣ ਨੂੰ ਫਿਰਦੀ ਹੈ ਨੀ, ਸਾਰੇ ਕਾਰੇ ਤੇਰੇ ਨੇ ਇਹ, ਮੈਂ ਤੈਨੂੰ ਕਿਹੜਾ ਕਹਿੰਦਾ, ਇਹ ਤੇਰੀ ਸਪੋਰਟ ਨਾਲ ਵਿਗੜੀ ਹੈ। ਨਹੀਂ ਬੇਬੇ, ਭਾਬੀ ਦਾ ਤਾਂ ਕੋਈ ਹੱਥ ਨਹੀਂ ਹੈ। ਚੁੱਪ ਕਰਾ, ਅਜੇ ਹੋਰ ਜ਼ਬਾਨ ਲੜਾਉਂਦੀ ਹੈ। ਬੇਬੇ ਮੈਨੂੰ ਨਾ ਪਤਾ ਲੱਗ ਜਾਣ ਦੇ ਵੀ ਇਹਦਾ ਹੱਥ ਵੀ ਵਿੱਚੇ ਆ, ਵਿੱਚੇ ਕਰੂੰ ਟੱਕਰੇ ਇਹਦੇ ਵੀ ਮੈਂ। ਬਾਈ ਅਭੀ ਤੈਨੂੰ ਕੋਈ ਗਲਤ ਫਹਿਮੀ ਹੋ ਗਈ ਹੋਊਗੀ, ਇਹੋ ਜਿਹੀ ਨਹੀਂ ਕੋਈ ਗੱਲ ਹੋ ਸਕਦੀ। ਗਲਤ ਫਹਿਮੀ ਹੈ? ਗਲਤ ਫਹਿਮੀ ਹੁੰਦੀ ਹੈ ਇਹ ਤਾਂ, ਜੇ ਮੈਂ ਮੌਕੇ ਤੇ ਨਾ ਜਾਂਦਾ ਨਾ, ਇਹ ਭੱਜ ਜਾਂਦੀ ਉਹ ਮੁੰਡੇ ਨਾਲ ਭੱਜ। ਬਸ ਕਰ ਵੀਰੇ, ਇਹੋ ਜਿਹੀ ਕੋਈ ਗੱਲ ਨਹੀਂ। ਚੁੱਪ ਕਰਦਾ, ਨਹੀਂ ਸ਼ਰਮ ਚਾਹੀਦੀ ਤੈਨੂੰ? ਹੈ ਸ਼ਰਮ ਨਹੀਂ ਆਉਂਦੀ ਬੋਲਦੀ ਨੂੰ? ਡੰਡੇ ਜਿਹੜੀ ਜ਼ਬਾਨ ਲੱਗੀ ਤੇਰੇ। ਪਰ ਇਹ ਆਪ ਵੀ ਤਾਂ ਕੁੜੀਆਂ ਨਾਲ ਫਿਰਦਾ ਹੁੰਦਾ, ਮੈਂ ਤਾਂ ਕਦੇ ਆ ਕੇ ਦੱਸਿਆ ਨਹੀਂ ਕਰੇ। ਤੂੰ ਬਕਵਾਸ ਨਹੀਂ ਬੰਦ ਕਰਦੀ? ਬਹਾਲ, ਅੱਜ ਤੋਂ ਬਾਅਦ ਇਹਨੂੰ ਦਹੇਜ ਤੋਂ ਬਾਹਰ ਨਹੀਂ ਪੈਰ ਧਰਨ ਦੇਣਾ, ਸਾਰੀਆਂ ਇਹਦੀਆਂ ਪੜ੍ਹਾਈਆਂ ਬੰਦ, ਇਹਦਾ ਕੋਈ ਰਿਸ਼ਤਾ ਦੇਖ, ਇਹਦਾ ਵਿਆਹ ਕੇ ਫਾਹਾ ਵੱਢ, ਇਹਨੂੰ ਘਰੋਂ ਤੋਰ। ਮੈਂ ਨਹੀਂ ਕਰਾਉਣਾ ਕਿਤੇ ਵੀ ਵਿਆਹ, ਮੈਂ ਜਿੱਥੇ ਕਰਾਉਣਾ ਮੈਂ ਉੱਥੇ ਹੀ ਕਰਾਉਂਗੀ, ਉਸੇ ਮੁੰਡੇ ਨਾਲ ਕਰਾਉਂਗੀ। ਤੂੰ ਬਕਵਾਸ ਬੰਦ ਕਰਦਾ, ਮੈਂ ਮਾਰ ਦੇਵਾਂ ਇਹਨੂੰ। ਬੇਬੇ ਇਹਦਾ ਤਾਂ ਕੁਛ ਕਰਨਾ ਪਊਗਾ। ਬਾਈ ਹਜੇ ਕਹਿੰਦੀ ਆ ਗਲਤ ਫਹਿਮੀ ਹੋਈ ਆ, ਜੇ ਗਲਤ ਫਹਿਮੀ ਹੁੰਦੀ ਨਾ ਤਾਂ ਇਹ ਆ ਗੱਲ ਨਾ ਕਹਿੰਦੀ। ਅਮਨ। ਹਾਂਜੀ। ਮੇਰੀ ਨਾ ਸਰਵਿਸ ਬੁੱਕ ਨਹੀਂ ਮਿਲੀ, ਉਹ ਕਿੱਥੇ ਪਈ ਹੈ? ਜਿੱਦੇ ਤੁਸੀਂ ਆਏ ਸੀ ਜਿਹੜੀ ਉਹ ਫੜਾਈ ਸੀ? ਹਾਂ। ਉਹ ਤਾਂ ਕੋਈ ਨਹੀਂ, ਮੇਰੇ ਪਰਸ 'ਚ ਹੀ ਪਈ ਆ ਕਾਲਜ 'ਚ। ਉਹ ਮੈਨੂੰ ਦੇਈ ਚੰਗਾ ਤੂੰ ਕੱਢ ਕੇ। ਚੱਲ ਕੋਈ ਨਹੀਂ, ਉਹ ਤਾਂ ਮੈਂ ਦੇ ਦੂੰ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਦੱਸ। ਮੈਂ ਕਿਵੇਂ ਜੇ ਦੱਸਾਂ, ਮੈਨੂੰ ਸਮਝ ਨਹੀਂ ਆਉਂਦੀ। ਕਿਉਂ, ਕੀ ਗੱਲ ਹੋ ਗਈ? ਗੱਲ ਤਾਂ ਕੋਈ ਵੱਡੀ ਵੀ ਨਹੀਂ ਤੇ ਗੱਲ ਵੱਡੀ ਵੀ ਆ। ਤੂੰ ਗੱਲ ਦੱਸ, ਕੀ ਗੱਲ ਹੈ? ਆਪਣਾ ਹਰਜੀਤ ਨਾ ਮੇਰੇ ਕੋਲ ਕੋਈ ਗੱਲ ਕਰਦਾ ਸੀ। ਗੱਲ ਕਰਦਾ ਸੀ? ਖੁੱਲ ਕੇ ਦੱਸ ਨਾ। ਉਹਦੀ ਨਾ ਕਿਸੇ ਕੁੜੀ ਨਾਲ ਗੱਲਬਾਤ ਹੈ। ਕੁੜੀ ਨਾਲ ਗੱਲਬਾਤ ਹੈ? ਹਾਂ, ਕਹਿੰਦਾ ਮੈਂ ਵਿਆਹ ਉਸੇ ਨਾਲ ਹੀ ਕਰਾਉਣਾ ਗਾ। ਕਹਿੰਦਾ ਤੂੰ ਬਾਈ ਕੋਲੇ ਗੱਲ ਕਰਦੀ, ਉਹਨੇ ਮੇਰੇ ਕੋਲੇ ਅੱਜ ਗੱਲ ਕੀਤੀ ਸੀ, ਮੈਂ ਉਹਨੂੰ ਆਖਿਆ ਵੀ ਸੀ, ਮੈਂ ਕਿਹਾ ਕੁੜੀ ਦੇ ਘਰੇ ਪਤਾ? ਉਹ ਕਹਿੰਦਾ ਕੁੜੀ ਤਾਂ ਕੋਈ ਨਹੀਂ, ਹਜੇ ਦੱਸ ਦੂਗੀ ਘਰੇ, ਕਹਿੰਦਾ ਬਾਪੂ ਜਿਹਾ ਪੀਲਾ ਵਗ ਜਾਣਗੇ, ਕਹਿੰਦਾ ਮੇਰਾ ਰਿਸ਼ਤਾ ਲੈ ਕੇ ਵੀ ਮੈਂ ਵਿਆਹ ਉਸੇ ਕੁੜੀ ਨਾਲ ਕਰਾਉਂ, ਮੈਨੂੰ ਇਸ ਗੱਲ ਦੀ ਹੋਈ ਪਈ ਹੈ ਚਿੰਤਾ। ਗੱਲ ਤਾਂ ਇਹ ਅਮਨ ਚਿੰਤਾ ਵਾਲੀ ਹੈ, ਤੈਨੂੰ ਪਤਾ ਅੱਜ ਕੱਲ੍ਹ ਦੁਨੀਆ ਬਹੁਤ ਜ਼ਿਆਦਾ ਚਲਾਕ ਹੈ, ਅਤੇ ਆਪਣਾ ਹਰਜੀਤ ਇਸ ਦੁਨੀਆਦਾਰੀ ਬਾਰੇ ਕੁਛ ਨਹੀਂ ਜਾਣਦਾ, ਤੈਨੂੰ ਪਤਾ ਉਹ ਭੋਲਾ ਭਾਲਾ ਬੰਦਾ, ਉਹਨੂੰ ਕਿਤੇ ਕੋਈ ਐਵੇਂ ਚਲਾਕ ਕੁੜੀ ਆਪਦੇ ਝਾਂਸੇ 'ਚ ਲੈ ਲਏ, ਮੁੜ ਕੇ ਪੰਗਾ ਖੜਾ ਹੋ ਜੇ ਹੈ ਨਾ ਜ਼ਿੰਦਗੀ ਦਾ। ਮੈਂ ਵੀ ਉਹਨੂੰ ਬਾਲਾ ਕੁਛ, ਉਹਨੂੰ ਵੀ ਨਹੀਂ ਉਹਦੇ ਬਾਰੇ ਪਤਾ, ਮੈਂ ਆਖਿਆ ਸੀ, ਮੈਂ ਕਿਹਾ ਕਿੱਥੋਂ ਦੀ ਹੈ, ਕਹਿੰਦਾ ਆਪਣੇ ਨਾਲ ਦੇ ਪਿੰਡ ਦੀ ਹੈਗੀ, ਬਾਲਾ ਕੁਛ ਉਹਨੂੰ ਪਤਾ ਨਹੀਂ ਹੈਗਾ, ਮੈਨੂੰ ਵੀ ਆਈ ਹੈ ਵੀ ਉਹ ਭੋਲਾ ਭਟੱਕਾ ਹੈਗਾ, ਐਵੇਂ ਨਾ ਕਿਸੇ ਜਾਲ 'ਚ ਫਸ ਜੇ। ਚੱਲ ਕੋਈ ਗੱਲ ਨਹੀਂ, ਆਪਾਂ ਬੇਬੇ ਬਾਪੂ ਕੋਲੇ ਗੱਲ ਕਰਦੇ ਹਾਂ। ਬੇਬੇ ਕੋਲੇ ਤਾਂ ਮੇਰਾ ਮਨ ਜਾ ਮੰਨੇ ਹੀ ਨਹੀਂ ਗੱਲ ਕਰਨ ਨੂੰ, ਤਾਂ ਹੀ ਮੈਂ ਤੁਹਾਨੂੰ ਦੱਸਿਆ ਪਹਿਲਾਂ, ਮੈਂ ਕਿਹਾ ਤੁਸੀਂ ਕਿਸੇ ਢੰਗ ਜੇ ਨਾਲ ਗੱਲ ਕਰ ਲਿਓ। ਹਰਜੀਤ ਨੇ ਮੈਨੂੰ ਕਹਿ ਤਾਂ ਦਿੱਤਾ, ਮੈਂ ਉਹਨੂੰ ਆਖਿਆ ਸੀ, ਮੈਂ ਕਿਹਾ ਤੂੰ ਇਹੀ ਗੱਲ ਬੀਬੀ ਨੂੰ ਦੱਸ ਦੇ, ਕਹਿੰਦਾ ਬੀਬੀ ਤੋਂ ਤਾਂ ਮੈਨੂੰ ਡਰ ਲੱਗਦਾ ਗਾ,
ਹੁਣ ਮੈਨੂੰ ਇਸ ਗੱਲ ਦਾ ਡਰ ਲੱਗਦਾ ਵੀ ਤੈਨੂੰ ਪਤਾ ਅੱਜ ਕੱਲ੍ਹ ਕਿਹੋ ਜਿਹੇ ਹਾਦਸੇ ਹੋਈ ਜਾਂਦੇ ਆ, ਅਗਲਾ ਸੱਦ ਕੇ ਘਰੇ ਮਿੰਟ 'ਚ ਵੱਢ ਦਿੰਦਾ ਗਾ। ਸਹੀ ਗੱਲ ਹੈ, ਦੁਨੀਆਦਾਰੀ ਦੇ ਹਾਲਾਤ ਬਾਹਲੇ ਖਰਾਬ ਹੋਏ ਪਏ ਨੇ ਤੇ ਬੇਬੇ ਬਾਪੂ ਨੂੰ ਤਾਂ ਇਹ ਗੱਲ ਦੱਸਣੀ ਪਊਗੀ। ਫਿਰ ਦੱਸਣੀ ਤਾਂ ਪਊਗੀ, ਪਰ ਤੈਨੂੰ ਪਤਾ ਉਹਨਾਂ ਦੀ ਤਾਂ ਇਹ ਗੱਲ ਸੁਣ ਕੇ ਰਾਤਾਂ ਦੀ ਨੀਂਦ ਉੱਡ ਜੂਗੀ। ਸਹੀ ਗੱਲ ਹੈ ਤੇਰੀ, ਚੱਲ ਕੋਈ ਗੱਲ ਨਹੀਂ, ਹਰਜੀਤ ਹੁਣ ਜਵਾਨ ਹੈ, ਆਪਾਂ ਉਹਨੂੰ ਕੁਛ ਕਹਿ ਵੀ ਨਹੀਂ ਸਕਦੇ। ਹਾਂ ਆਪਾਂ ਬੇਬੇ ਬਾਪੂ ਨਾਲ ਗੱਲ ਕਰਦੇ ਹਾਂ, ਕੋਈ ਗੱਲ ਨਹੀਂ। ਮੈਂ ਤੁਹਾਨੂੰ ਐਂ ਕਹਿਣੀ ਆ, ਤੁਹਾਡੀ ਛੁੱਟੀ ਤੇ ਰਹਿ ਗਏ ਥੋੜੇ ਦਿਨ, ਜਾਣ ਤੋਂ ਪਹਿਲਾਂ ਇਸ ਚੀਜ਼ ਦਾ ਕੋਈ ਨਾ ਕੋਈ ਹੱਲ ਕਰਕੇ ਜਾਓ, ਨਾਲੇ ਪਤਾ ਕਰੋ ਵੀ ਕਿਹਦੀ ਕੁੜੀ ਹੈ, ਕਿਵੇਂ ਹੈ, ਕੀ ਗੱਲਬਾਤ ਹੈ। ਕੋਈ ਗੱਲ ਨਹੀਂ, ਆ ਜਾ ਮੈਂ ਹਰਜੀਤ ਨਾਲ ਗੱਲ ਕਰੂੰਗਾ। ਹਾਂ ਚੱਲੀਏ। ਜੇ ਮੈਨੂੰ ਐਂ ਪਤਾ ਹੁੰਦਾ ਵੀ ਵੱਡੀ ਹੋਈ ਆਹ ਕਰਤੂਤਾਂ ਕਰੂ, ਮੈਂ ਤਾਂ ਜੰਮੀ ਦਾ ਗਲ ਘੁੱਟ ਦਿੰਦੀ, ਜਮੀ ਨਹੀਂ ਰੱਖਦੀ ਸੀ। ਕੀ ਗੱਲ ਹੋ ਗਈ ਬੇਬੇ, ਐਂ ਜੇ ਬੈਠੀ ਆ? ਕਰਮਿਆ ਅੱਜ ਮੇਰਾ ਸ਼ਰਮ ਨਾਲ ਸਿਰ ਝੁੱਕ ਗਿਆ। ਕੀ ਗੱਲ ਹੋ ਗਈ, ਕੌਣ ਆ ਇਹੋ ਜਿਹਾ ਬੰਦਾ ਜਿਹਦੇ ਕਰਕੇ ਮੇਰੀ ਮਾਂ ਦਾ ਸਿਰ ਝੁੱਕ ਗਿਆ? ਇੱਕ ਵਾਰੀ ਨਾਂ ਲੈ ਦੇ ਮਾਂ, ਨਾ ਤੇਰੇ ਪੈਰਾਂ ਦੇ ਵਿੱਚ ਨਾਂ ਲਿਲਣੀਆਂ ਕੱਢੀਆਂ ਤਾਂ ਮੇਰਾ ਨਾਂ ਉਹ ਵੀ ਕਰਮਾ ਨਹੀਂ। ਸੀਬੋ ਦਾ ਸਿਰ ਝੁੱਕਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਰਮਿਆ, ਪਰ ਜਿਹੜੀ ਮੇਰੇ ਨਾਲ ਹੁਣ ਬੀਤੀ ਹੈ ਉਹ ਕਦੇ ਵੀ ਨਹੀਂ ਹੋਈ। ਬੀਬੀ ਗੱਲ ਤਾਂ ਦੱਸ ਖੁੱਲ੍ਹ ਕੇ, ਗੱਲ ਕੀ ਹੋਈ ਆ, ਕਿਹਦੀ ਵਜ੍ਹਾ ਕਰਕੇ ਤੇਰਾ ਸਿਰ ਝੁੱਕਿਆ? ਵਜ੍ਹਾ ਤਾਂ ਤੇਰੀ ਰੰਨਦੀ ਹੈ ਸਾਰੀ। ਕੀ ਕਹਿਤਾ ਉਹਨੇ? ਉਹਨੇ ਕਹਿਣਾ ਕੀ ਸੀ, ਉਹਨੇ ਕੁੜੀ ਦੀ ਸਪੋਰਟ ਲੈ ਕੇ ਮੈਨੂੰ ਕਹਿੰਦੀ 2 ਘੰਟੇ ਬੀਬੀ ਇਹਨੂੰ ਭੇਜ ਦੇ, ਇਹਨੇ ਕਹਿੰਦੀ ਆਪਦੀ ਉਹ ਡਿਗਰੀ ਲੈ ਕੇ ਆਉਣੀ ਹੈ। ਕਿੱਥੋਂ ਖੁੰਡਾ ਨਹੀਂ ਵੱਜਿਆ ਸਿਰ 'ਚ? ਉਹ ਮੈਨੂੰ ਆਏ ਸੀ ਵੀ ਚੱਲ ਕੋਈ ਗੱਲ ਨਹੀਂ, ਪੜ੍ਹਾਈ ਲਿਖਾਈ ਦੀ ਗੱਲ ਹੈ, ਕੋਈ ਨਹੀਂ ਬੱਚੇ ਵਗੀ ਜਾਂਦੇ ਨੇ, ਜਦ ਭੇਜਤੀ ਤਾਂ ਗਾਹਾਂ ਜਾ ਕੇ ਆਸ਼ਕੀਆਂ ਮਾਰੇ। ਆਪਣੀ ਕੁੜੀ? ਆਪਣੀ ਕੁੜੀ ਉਹ ਤਾਂ ਆਪਣੇ ਛੋਟੇ ਨੇ ਦੇਖ ਲਈ, ਤਾਂ ਕਰਕੇ ਘਰੇ ਲਿਆ ਕੜੀ ਸਕਾਏ। ਛੋਟੇ ਦੀ ਗਲਤੀ ਆ, ਮੇਰੇ ਸਾਲੇ ਨੇ ਵਿੱਚ ਦੀ ਗੋਲੀ ਕੱਢ ਦੇਣੀ ਸੀ, ਉੱਥੇ ਦੋਨਾਂ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਆਉਂਦਾ। ਕਰਮਿਆ ਬੰਦਾ ਤਾਂ ਮੈਂ ਆਪੇ ਕਰ ਲੈਂਦਾ, ਆਪੇ ਛੁਡਾ ਲਿਆਉਂਦਾ ਜਾ ਕੇ ਥਾਣੇ 'ਚੋਂ। ਮੇਰੀ ਗੱਲ ਸੁਣ ਲੈ ਕੰਨ ਖੋਲ੍ਹ ਕੇ, ਇਹਦੇ 'ਚ ਤੇਰੀ ਰੰਨ ਦਾ ਹੱਥ ਹੈ, ਤੇਰੀ ਰੰਨ ਦਾ। ਜੇ ਮਾਂ ਆਹ ਗੱਲ ਆ ਨਾ, ਜੇ ਉਹਦਾ ਹੱਥ ਹੋਇਆ ਤਾਂ ਉਹਦੇ ਹੱਥਾਂ ਦੇ ਨਾਲ ਨਾਲ ਉਹਦੀ ਧੌਣ ਵੀ ਵੱਢ ਕੇ, ਤੂੰ ਐਂ ਮਨ ਵੀ ਵਿਹੜੇ ਦੇ ਵਿੱਚ ਕੱਢ ਕੇ ਨਾ ਉੱਤੇ ਨਿੰਮ ਲਾ ਦੂੰ ਮਾਂ, ਨਿੰਮ। ਜੇ ਤੂੰ ਨਹੀਂ ਤੋੜੇਗਾ ਤਾਂ ਮੈਂ ਉਹਦੀਆਂ ਲੱਤਾਂ ਤੋੜ ਦੂੰ ਕਰਮਿਆ। ਬੀਬੀ ਅੱਜ ਤੱਕ ਮੈਂ ਇਹ ਗੱਲ ਕਦੇ ਨਹੀਂ ਸੀ ਸੋਚੀ ਵੀ ਅੰਜਲੀ ਇਹੋ ਜਿਹੀਆਂ ਹਰਕਤਾਂ ਕਰੂ। ਮੈਂ ਬੀਬੀ ਤੈਨੂੰ ਪਹਿਲਾਂ ਕਹਿੰਦਾ ਰਿਹਾ ਵੀ ਕੀ ਲੈਣਾ, ਇਹ ਆਪਣੇ ਸਕੂਲ ਦੇ ਵਿੱਚ ਪੜ੍ਹਦੀ ਆ, ਬਹੁਤ ਪੜ੍ਹ ਗਈ ਦੱਸ, ਆ ਤੂੰ ਨਹੀਂ ਹਟੀ, ਨਹੀਂ ਇਹਨੂੰ ਕਾਲਜ ਪੜ੍ਹਾ ਦਿਓ, ਇਹਨੂੰ ਸਰਕਾਰੀ ਨੌਕਰੀ ਮਿਲ ਜੂ, ਆ ਲੈ ਲਾ ਸਰਕਾਰੀ ਨੌਕਰੀ, ਲਵਾਤੀ ਅਫਸਰ। ਹੁਣ ਕੋਈ ਗੱਲ ਨਹੀਂ, ਭਰੋਸਾ ਵੀ ਆਪਦੇ ਪੁੱਤਾਂ ਧੀਆਂ 'ਤੇ ਹੁੰਦਾ, ਜਦ ਪੁੱਤ ਦੀ ਭਰੋਸਾ ਤੋੜ ਦਿੰਦੇ ਨੇ ਕਰਮਿਆ, ਫਿਰ ਉਹ ਕੁਛ ਵੀ ਨਹੀਂ ਲੱਗਦੇ। ਭਰੋਸੇ ਨੂੰ ਕੀ ਗੱਲ 'ਚ ਚੱਕੀ ਤੁਰੇ ਫਿਰਦੇ ਰਹੀਏ, ਹੁਣ ਜਦੋਂ ਉਹਨੇ ਸਾਰਾ ਭਰੋਸਾ ਤਾਂ ਖੇਰੂ ਖੇਰੂ ਕਰਤਾ, ਇੱਜ਼ਤ ਦਾ ਆਪਣੀ ਅੱਗੇ ਹੀ ਰਿਹਾ, ਉਹ ਇੱਜ਼ਤ ਖਿਲਾਰ ਕੇ ਰੱਖਤੀ, ਖਿਲਾਰ ਕੇ ਉਹਨੇ ਗਲੀਆਂ 'ਚ, ਹੁਣ ਆਪਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਮਾਂ। ਕੀ ਜਵਾਬ ਦੇਵਾਂਗੇ ਲੋਕਾਂ ਨੂੰ, ਕੱਲ੍ਹ ਨੂੰ ਅਗਲਾ ਕੀ ਆਖੂ, ਉਹ ਜਾਂਦਾ ਉਹ ਜਾਂਦਾ, ਓਏ ਓਏ ਸ਼ਰਮ ਕਰ, ਓਏ ਕਰਮਿਆ ਤੇਰੀ ਭੈਣ ਤਾਂ ਐਂ ਕਰਦੀ ਸੀ, ਕੀ ਜਵਾਬ ਦੇਵਾਂਗੇ ਅਸੀਂ? ਤੂੰ ਫਿਕਰ ਨਾ ਕਰ ਕਰਮਿਆ, ਆਪਣੀ ਬੇਇੱਜ਼ਤੀ ਕਰਨ ਵਾਲਾ ਕੋਈ ਮਾਈ ਦਾ ਲਾਲ ਜੰਮਿਆ ਨਹੀਂ, ਆਪਣਾ ਨਾਂ ਸੁਣ ਕੇ ਤਾਂ ਲੋਕ ਥਰ ਥਰ ਕੰਬਦੇ ਨੇ, ਇਹ ਪਤਾ ਨਹੀਂ ਕਿਹੜਾ ਜਿਹਨੇ ਭਰਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ। ਭਰਿੰਡਾਂ ਦੇ ਖੱਖਰ ਨੂੰ ਹੱਥ ਨਹੀਂ ਪਾਇਆ ਮਾਂ, ਉਹਨੇ ਦਮੋਹੇ ਸੱਪ ਦੀ ਖੱਡ 'ਚ ਹੱਥ ਪਾ ਲਿਆ, ਹੁਣ ਉਹਦੇ 2 ਨਾਗ ਲੜਨਗੇ, ਇੱਕ ਕਰਮ ਅਤੇ ਇੱਕ ਬਹਾਲ। ਨਾਲੇ ਮੇਰੀ ਗੱਲ ਸੁਣ, ਲੋਕ ਐਵੇਂ ਨਹੀਂ ਕਹਿੰਦੇ ਵੀ ਕੁੜੀਆਂ ਨਹੀਂ ਜੰਮਣੀਆਂ, ਅਸੀਂ ਇਹਨਾਂ ਦੁੱਖਾਂ ਕਰਕੇ ਲੋਕ ਕੁੜੀਆਂ ਦੀ ਸੰਗੀ ਮਰੋੜਦੇ ਨੇ, ਇਹ ਆਪਣੇ ਜਿੱਦੇ ਜੰਮੀ ਸੀ ਉਹਦੇ ਤੂੰ ਕਿਉਂ ਨਹੀਂ ਸੰਗੀ ਮਰੋੜੀ ਮਾਂ ਇਹਦੀ? ਕਰਮਿਆ
ਮੈਨੂੰ ਪਤਾ ਨਹੀਂ ਸੀ ਵੀ ਆਪਣੇ ਘਰੇ ਹੀਰ ਜੰਮੂਗੀ। ਬੀਬੀ ਤੂੰ ਫਿਕਰ ਨਾ ਕਰ, ਜੇ ਹੀਰ ਜੰਮ ਵੀ ਪਈ ਨਾ ਕੋਈ ਗੱਲ ਨਹੀਂ, ਇਹਦਾ ਤਾਂ ਗਾਟਾ ਲਾਹਾ ਲੈ, ਅਸੀਂ ਚੂਚਕ ਦੀ ਔਲਾਦ ਨਹੀਂ ਕਹਾਉਣਾ ਹੈਗਾ। ਵੀ ਉਹ ਤਾਂ ਮੈਂ ਮੰਨਦੀ ਹਾਂ, ਪਰ ਇੱਕ ਗੱਲ ਹੋਰ ਕਰਮਿਆ, ਤੇਰੀ ਰੰਨ ਦਾ ਗਾਟਾ ਲਾ ਦੇ ਜਿਹਨੇ ਇਹ ਕੰਮ ਕਰਵਾਇਆ, ਜੇ ਉਹਨੇ ਮੈਨੂੰ ਕਿਹਾ ਸਹਿ ਦਿੱਤੀ ਤਾਂ ਮੈਂ ਉਹਦੀ ਸਹਿ 'ਤੇ ਕੁੜੀ ਭੇਜੀ, ਉਹਦੇ ਕਰਕੇ ਮੇਰੀ ਨੀਵੀਂ ਪੈ ਗਈ। ਜੇ ਮਾਂ ਆਹ ਗੱਲ ਆ ਨਾ ਤਾਂ ਮੈਂ ਤੈਨੂੰ ਦੱਸਦੀ ਗੱਲ, ਅੱਜ ਤੋਂ ਬਾਅਦ ਉਹ ਤੈਨੂੰ ਜਿਉਂਦੀ ਨਹੀਂ ਥਿਉਣੀ। ਜੇ ਮੈਨੂੰ ਰੱਤੀ ਭਰ ਵੀ ਉਹਦਾ ਹੱਥ ਲੱਗੇ ਨੇ ਇਸ ਗੱਲ ਦੇ ਵਿੱਚ ਤਾਂ ਗਾਟਾ ਤੇਰੇ ਪੈਰਾਂ 'ਚ ਹੋਊ ਉਹਦਾ। ਰੱਤੀ ਭਰ ਕੀ, ਹੱਥ ਸਾਰਾ ਹੀ ਉਹਦਾ ਹੈ। ਸੋਨੀਆ। ਹਾਂਜੀ। ਮੈਂ ਤੇਰੇ ਨਾਲ ਗੱਲ ਕਰਨੀ ਆ। ਬੋਲੋ। ਮੇਰੀ ਗੱਲ ਸੁਣ, ਮੈਂ ਜਦੋਂ ਵੀ ਤੇਰੇ ਨਾਲ ਗੱਲ ਕਰੀ ਆ ਬੜੇ ਪਿਆਰ ਅਤੇ ਸਲੀਕੇ ਨਾਲ ਗੱਲ ਕਰੀ ਆ, ਪਰ ਅੱਜ ਮੈਨੂੰ ਸਮਝ ਨਹੀਂ ਆ ਰਹੀ ਮੈਂ ਗੱਲ ਕਿਹੜੇ ਤਰੀਕੇ ਨਾਲ ਤੇਰੇ ਨਾਲ ਸ਼ੁਰੂ ਕਰਾਂ। ਕਿਉਂ, ਕੀ ਹੋ ਗਿਆ ਜੀ, ਇਹੋ ਜਿਹੀ ਕੀ ਗੱਲ ਹੋ ਗਈ? ਗੱਲ ਤਾਂ ਬਹੁਤ ਵੱਡੀ ਹੋ ਗਈ, ਗੱਲ ਤਾਂ ਸਾਡੀ ਇੱਜ਼ਤਾਂ ਤੱਕ ਪਹੁੰਚ ਗਈ। ਤੂੰ ਮੈਨੂੰ ਇੱਕ ਗੱਲ ਦੱਸ, ਤੂੰ ਅੱਜ ਅੰਜਲੀ ਨੂੰ ਕਾਲਜ ਜਾਣ ਲਈ ਬੇਬੇ ਤੋਂ ਕਾਹਦੇ ਵਾਸਤੇ ਪੁੱਛਿਆ ਸੀ? ਲੈ, ਕਾਹਦੇ ਵਾਸਤੇ ਪੁੱਛਣਾ ਸੀ, ਉਹ ਤਾਂ ਤੁਹਾਨੂੰ ਪਤਾ ਤਾਂ ਹੈਗਾ, ਅੰਜਲੀ ਮੈਨੂੰ ਐਂ ਕਹਿੰਦੀ ਰਹਿੰਦੀ ਹੈ ਭਾਬੀ ਬਣ ਕੇ ਤੂੰ ਮਾਂ ਨੂੰ ਮਨਾ ਲੈ, ਭਾਬੀ ਬਣ ਕੇ ਤੂੰ ਮਾਂ ਨੂੰ ਮਨਾ ਲੈ, ਤਾਂ ਮੈਂ ਮਾਂ ਨੂੰ ਕਹਿਤਾ। ਉਹਨੇ ਪਤਾ ਨਹੀਂ ਕੀ ਕੋਈ ਡਿਗਰੀ ਡੁਗਰੀ ਫੜਨ ਜਾਣਾ ਸੀ। ਡਿਗਰੀ ਨਹੀਂ, ਆਸ ਕੀਆਂ ਕਰਦੀ ਤੁਰੀ ਫਿਰਦੀ ਆ ਉਹ। ਜਿਹੜੀ ਗੱਲ ਦਾ ਮੈਨੂੰ ਡਰ ਸੀ ਨਾ, ਆਖਰ ਉਹੀ ਹੋਈ। ਮੈਂ ਪਹਿਲਾਂ ਹੀ ਕਿਹਾ ਸੀ ਵੀ ਕੀ ਕਰਾਉਣਾ ਇਹਦੇ ਕਾਲਜ ਤੋਂ, ਸਕੂਲ 'ਚ 10ਵੀਂ ਮਾਤਾ ਪੜ ਗਈ ਬਹੁਤ ਆ, ਇਹਨੂੰ ਵਿਆਹ ਕੇ ਤੋਰ ਦਿਓ। ਨਹੀਂ, ਉਦੋਂ ਤਹੀਂ ਪੱਟੀ ਨਹੀਂ ਬੰਨਣ ਦਿੱਤੀ ਮੈਨੂੰ। ਮੈਨੂੰ ਤਾਂ ਐਂ ਸੀ ਜੀ, ਚਲੋ ਕੋਈ ਗੱਲ ਨਹੀਂ, ਜੇ ਪੜ੍ਹ ਲਿਖ ਜਾਊਗੀ ਕਿਸੇ ਕੰਮ ਕਿਤੇ ਲੱਗ ਜਾਊਗੀ, ਕੀ ਪਤਾ ਅਗਲੇ ਘਰ ਕਿਹੋ ਜਿਹਾ ਮਿਲੂ ਉਹਨੂੰ, ਕਿਹੋ ਜਿਹਾ ਨਹੀਂ ਮਿਲੂਗਾ। ਸੋਨੀਆ, ਘਰ 'ਚ ਇਹੋ ਜਿਹਾ ਮਰਜ਼ੀ ਮਿਲੇ, ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ। ਮੈਨੂੰ ਆਪਦੀ ਇੱਜ਼ਤ ਪਿਆਰੀ ਆ, ਘਰ 'ਚ ਇਹ ਜਮ੍ਹਾਂ ਗਰੀਬ ਹੋਵੇ ਪਰ ਇੱਜ਼ਤ ਸਾਡੀ ਹਮੇਸ਼ਾ ਕਾਇਮ ਰਹਿਣੀ ਚਾਹੀਦਾ, ਦੋਨੇ ਭਾਈਆਂ ਦੀ, ਤਿੰਨਾਂ ਦੀ। ਮੇਰੀ ਗੱਲ ਸੁਣ ਲਓ ਜੀ, ਮੈਂ ਅੰਜਲੀ ਨੂੰ ਸੱਚੀ ਕਹਿੰਦੀ ਹਾਂ, ਕਿਤੇ ਗਲਤ ਥਾਂ 'ਤੇ ਨਹੀਂ ਭੇਜਿਆ ਸੀ, ਮੈਂ ਤਾਂ ਸਿਰਫ ਕਾਲਜ ਜਾਣ ਵਾਸਤੇ ਬੇਬੇ ਤੋਂ ਪੁੱਛਿਆ ਸੀ, ਉੱਥੇ ਉਹਨੇ ਆਹ ਕੀ ਕੰਮ ਕੀਤਾ ਮੈਨੂੰ ਕੋਈ ਪਤਾ ਨਹੀਂ, ਮੈਨੂੰ ਤਾਂ ਆਪ ਸੁੱਖ ਮਾਂ ਨੇ ਇੰਨੀਆਂ ਗਾਲਾਂ ਦਿੱਤੀਆਂ ਨੇ। ਮੇਰੇ ਸਿਰ 'ਤੇ ਹੱਥ ਰੱਖ ਕੇ ਇੱਕ ਵਾਰੀ ਸਹੁੰ ਖਾ ਜਾ ਵੀ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ। ਲੈ, ਤੁਹਾਡੇ ਸਿਰ ਦੀ ਸਹੁੰ, ਬਸ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ, ਜਿੰਨੀ ਗੱਲ ਮੈਨੂੰ ਉਹਨੇ ਦੱਸੀ ਹੈ ਓਨੀ ਮੈਂ ਤੁਹਾਨੂੰ ਕਹਿਤੀ। ਬਸ ਠੀਕ ਹੈ, ਪਰ ਇੱਕ ਗੱਲ ਅੱਜ ਤੋਂ ਬਾਅਦ ਪੱਲੇ ਬੰਨਣਾ, ਪੈਰਾਂ ਸਖਤ ਕਰ ਦੇ। ਜੇ ਅੱਜ ਤੋਂ ਬਾਅਦ ਅੰਜਲੀ ਦੇੜੀਓਂ ਪਾਰ ਹੋ ਗਈ ਨਾ ਫਿਰ ਤੂੰ ਇਹ ਸਮਝ ਲਈ ਤੇਰੀ ਖੈਰ ਨਹੀਂ, ਕਿਉਂਕਿ ਤੇਰੇ ਨਾਲ ਖੜਾਂ ਅਤੇ ਤੇਰੇ ਨਾਲ ਖੜਾ ਰਹੂੰ, ਪਰ ਜਿਹੜੀ ਗੱਲ ਸਾਡੀ ਇੱਜ਼ਤ ਉੱਤੇ ਆ ਜੇ ਉਹਦੇ ਵਿੱਚ ਤੂੰ ਮੇਰੀ ਸਾਲੀ ਨਹੀਂ ਲੱਗਦੀ, ਇਹ ਗੱਲ ਅੱਜ ਪੱਲੇ ਬੰਨ ਲਈ। ਲੈ ਦੱਸੋ, ਮੇਰੇ ਨਾਲ ਇਹੋ ਜਿਹੀ ਗੱਲ ਕਿਉਂ ਕਰਦੇ ਹੋ? ਮੈਨੂੰ ਵੀ ਪਤਾ ਵੀ ਇਸ ਘਰ ਦੀ ਇੱਜ਼ਤ ਹੈ, ਮੈਂ ਉਹਨੂੰ ਗਲਤ ਰਸਤੇ ਕਿਉਂ ਤੋਰੂੰਗੀ? ਸਾਰਿਆਂ ਨੂੰ ਗਲਤ ਫਹਿਮੀ ਹੋ ਗਈ ਮੈਨੂੰ ਲੱਗਦਾ, ਅੰਜਲੀ ਦਾ ਵੀ ਨਹੀਂ ਪਤਾ ਹੈਗਾ, ਝੂਠ ਬੋਲ ਕੇ ਵਗ ਜਾਂਦੀ ਹੈ, ਛਿੱਤਰ ਮੇਰੇ ਪਵਾ ਦਿੰਦੀ ਹੈ, ਅੱਗੇ ਤੋਂ ਮੈਂ ਕਿਤੇ ਨਹੀਂ ਜਾਣ ਦਿੰਦੀ ਉਹਨੂੰ। ਬਾਪੂ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਸੇਰਾ। ਬਾਪੂ, ਆ ਹਰਜੀਤ ਜਿੱਥੇ ਪੜ੍ਹਦਾ ਨਾ ਉੱਥੇ ਇਹਦੇ ਨਾਲ ਇੱਕ ਕੁੜੀ ਵੀ ਪੜ੍ਹਦੀ ਹੈ, ਇਹ ਉਹਦੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਹੈ। ਬਾਪੂ, ਮੈਂ ਉਹਨੂੰ ਪਿਆਰ ਕਰ ਦਾਂਗਾ। ਸਾਲਾ ਪਿਆਰ ਕਰਦੇ ਦਾ, ਉਹ ਤੈਨੂੰ ਅਸੀਂ ਪੜ੍ਹਨ ਭੇਜਦੇ ਹਾਂ, ਤੂੰ ਉੱਥੇ ਆਸ ਕੀ ਕਰਨ ਜਾਂਦਾ ਵਾ? ਬਾਪੂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਗੀ, ਊਂ ਤਾਂ ਮੇਰੀ ਉਹ ਫਰੈਂਡ ਹੀ ਹੈਗੀ। ਲੈ, ਮੇਰੀ ਫਰੈਂਡ ਹੈ ਉਹ, ਜੇ ਮੰਨਿਆ ਸਾਡੇ ਕੁੜੀ ਨਹੀਂ ਹੈਗੀ, ਮੈਂ ਲੋਕਾਂ ਦੀਆਂ ਕੁੜੀਆਂ ਦੀ ਇੱਜ਼ਤ ਕਰਦਾ ਭਾਈ, ਅਸੀਂ ਹੁਣ ਤੱਕ ਧੀਆਂ ਭੈਣਾਂ ਦੇ ਪਰਦੇ ਗੱਜਦੇ ਤੁਰੇ ਆਏ ਹਾਂ, ਅਤੇ ਤੂੰ ਕਿਸੇ ਦੀ ਧੀ ਦਾ ਪੜਦਾ ਰੋਲਣ ਨੂੰ ਫਿਰਦਾ? ਬਾਪੂ, ਮੈਂ ਤਾਂ ਹੀ ਤੁਹਾਡੇ ਕੋਲ ਗੱਲ ਕੀਤੀ ਹੈ, ਮੈਂ ਥੋੜ੍ਹੇ ਦਿਨਾਂ ਨੂੰ ਵਗ ਜੂੰਗਾ, ਮੈਨੂੰ ਇਹ ਹੈ ਵੀ ਮੁੜ ਕੇ ਕਿਤੇ ਕੋਈ ਇੱਥੇ ਸਿਆਪਾ ਨਾ ਪੈ ਜੇ, ਬਾਅਦ ਦੇ ਵਿੱਚ ਤੁਸੀਂ ਮੈਨੂੰ ਕਹੋ ਵੀ ਰਾਜ ਤੈਨੂੰ ਇਸ ਗੱਲ ਦਾ ਪਤਾ ਸੀ, ਤੂੰ ਸਾਨੂੰ ਦੱਸਿਆ ਕਿਉਂ ਨਹੀਂ?
ਉਹ ਭਾਈ ਇਸ ਕੰਮ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਪੰਗੇ ਪੈ ਜਾਂਦੇ ਹੁੰਦੇ ਨੇ। ਮੈਂ ਤੈਨੂੰ ਦੱਸਾਂ ਗੱਲ, ਬੈਂਸਾਂ ਪੈ ਜਾਂਦੀਆਂ ਹੁੰਦੀਆਂ ਨੇ, ਮੈਥੋਂ ਨਹੀਂ ਭਾਈ ਕਿਸੇ ਨਾਲ ਲੜਿਆ ਜਾਂਦਾ, ਨਾ ਕਿਸੇ ਮੂਹਰੇ ਹੱਥ ਬੰਨੇ ਜਾਣਾ ਮੈਥੋਂ। ਹਰਜੀਤ, ਬੇਬੇ ਬਾਪੂ ਆਪਣੀ ਹਰ ਇੱਕ ਗੱਲ ਦੀ ਸਪੋਰਟ ਕਰਦੇ ਨੇ ਅਤੇ ਆਪਣੇ ਫਾਇਦੇ ਦੀ ਗੱਲ ਕਰਦੇ ਨੇ। ਕੋਈ ਗੱਲ ਨਹੀਂ, ਜੇ ਤੂੰ ਉਸ ਕੁੜੀ ਨੂੰ ਪਿਆਰ ਕਰਦਾ ਉਹਨੂੰ ਪਿਆਰ ਨਾਲ ਹੀ ਸਮਝਾ ਦੇ ਵੀ ਦੇਖ ਆਪਣੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਕੋਈ ਗੱਲ ਨਹੀਂ, ਤੇਰਾ ਤਾਂ ਵਿਆਹ ਕਿਤੇ ਹੋਰ ਵੀ ਹੋ ਜਾਊਗਾ, ਤੇਰਾ ਵੀ ਹੋ ਜਾਊਗਾ, ਠੀਕ ਹੈ। ਐਵੇਂ ਆਪਾਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਰੋਲ ਸਕਦੇ ਹੈਗੇ। ਜੇ ਅਗਲਿਆਂ ਦੇ ਘਰ ਦੇ ਮੰਨਦੇ ਹੋਣ ਫਿਰ ਗੱਲ ਜੁਦਾ ਹੁੰਦੀ ਹੈ। ਬਾਈ ਉਹਨੇ ਮੈਨੂੰ ਕਿਹਾ ਸੀ, ਕਹਿੰਦੀ ਮੈਂ ਵੀ ਘਰੇ ਗੱਲ ਕਰੂੰ ਅਤੇ ਵੀ ਤੂੰ ਵੀ ਘਰੇ ਗੱਲ ਕਰ ਲਈ, ਅਤੇ ਜੇ ਉਹਦੇ ਘਰ ਦੇ ਮੰਨ ਗਏ ਨਾ ਬਾਪੂ। ਮੈਂ ਐਂ ਕਿਹਾ ਸੀਗਾ ਵੀ ਮੈਂ ਕਿਹੜਾ ਕੋਈ ਲਵ ਮੈਰਿਜ ਕਰਾਉਣੀ ਹੈ ਨਾ, ਵੀ ਆਪਾਂ ਕੋਈ ਵਿਚੋਲਾ ਪਾ ਕੇ ਭੇਜ ਦਿੰਦੇ ਪਿੰਡ ਉਹਨਾਂ ਦੇ। ਉਹ ਰਹਿਣ ਦੇ ਓਏ ਵਿਚੋਲਗਰੀਆਂ ਨੂੰ, ਇਹੋ ਜਿਹੇ ਕੰਮ ਮੈਥੋਂ ਨਹੀਂ ਹੁੰਦੇ ਹੈਗੇ। ਮੈਂ ਤਾਂ ਤੇਰੀ ਮਾਂ ਨੂੰ ਇਹ ਗੱਲ ਵੀ ਕਹੀ ਸੀ ਵੀ ਰਹਿਣ ਦੇ ਇਹਨੂੰ ਪੜ੍ਹਾਉਣ ਨੂੰ, ਇੱਥੇ ਕਿਸੇ ਕਿੱਤੇ ਦੇ ਲਾ ਦੇਣਾ। ਉਹ ਤੂੰ ਤਾਂ ਕਿਹੜਾ ਪੜ੍ਹੇ, ਤੂੰ ਤਾਂ ਕੜ ਗਿਆ ਓਏ, ਹੋਰ ਹੀ ਗੱਲਾਂ ਕਰਨ ਲੱਗ ਗਿਆ। ਲੈ ਬਾਪੂ ਮੈਂ ਵਿਆਹ ਕਰਾਉਣਾ, ਨਾਲੇ ਹਜੇ ਤੈਨੂੰ ਵਿਆਹ ਕਰਾਉਣ ਨੂੰ ਕੀ ਹੋਇਆ, ਇਦੂ ਪਹਿਲਾਂ ਕਰ ਦਿਆਂਗੇ ਵਿਆਹ ਤੇਰਾ, ਕਰਾਂਗੇ ਬੈਂਡ ਬਾਜਿਆਂ ਨਾਲ ਕਰਾਂਗੇ, ਸ਼ੌਂਕ ਨਾਲ ਕਰਾਂਗੇ। ਚੱਲ ਬਾਪੂ ਤੂੰ ਆਪਦਾ ਬੀਪੀ ਨਾ ਵਧਾ, ਕੋਈ ਨਹੀਂ ਮੈਂ ਇਹਨੂੰ ਪਿਆਰ ਨਾਲ ਸਮਝਾ ਦੂੰਗਾ। ਹਰਜੀਤ, ਜੇ ਬੇਬੇ ਬਾਪੂ ਕਹਿੰਦੇ ਨੇ ਨਾ ਵੀ ਤੂੰ ਵਿਆਹ ਨਹੀਂ ਕਰਾਉਣਾ ਉੱਥੇ, ਤਾਂ ਨਹੀਂ ਕਰਾਉਣਾ, ਤੂੰ ਚੁੱਪ ਕਰ ਜਾ, ਇਹ ਚੀਜ਼ ਦੀ ਜਿੱਦ ਨਾ ਕਰ, ਆਪਣੇ ਫਾਇਦੇ ਦੀ ਗੱਲ ਕਰਦੇ ਨੇ ਇਹ। ਬਾਈ ਉਹ ਤਾਂ ਗੱਲ ਤੇਰੀ ਸਹੀ ਹੈ ਬਾਈ, ਫਿਰ ਮੈਂ ਪਿਆਰ ਕਰਦਾ ਉਹ ਵੀ ਮੈਨੂੰ ਪਿਆਰ ਕਰਦੀ ਹੈਗੀ, ਉਹਦੇ ਘਰ ਦੇ ਉਹਨੂੰ ਰਿਸ਼ਤਾ ਦੇਖਦੇ ਫਿਰਦੇ ਨੇਗੇ। ਓਏ ਹਰਜੀਤ, ਇਹ ਜਿਹੜਾ ਪਿਆਰ ਦਾ ਭੂਤ ਹੁੰਦਾ ਨਾ, ਥੋੜ੍ਹਾ ਟਾਈਮ ਹੀ ਹੁੰਦਾ ਹੈਗਾ, ਮੁੜ ਕੇ ਜਦੋਂ ਇਹ ਰੰਗਤ ਲੈ ਜਾਂਦੀ ਹੈ ਨਾ ਬੰਦੇ ਨੂੰ ਫਿਰ ਪਤਾ ਲੱਗਦਾ, ਜਦੋਂ ਆਈਨੇ ਵਾਂਗੂ ਬੰਦੇ ਦੇ ਸਾਹਮਣੇ ਸਾਰੀਆਂ ਗੱਲਾਂ ਸੱਚ ਹੋ ਜਾਂਦੀਆਂ ਨੇ, ਫਿਰ ਬੰਦਾ ਪਛਤਾਉਂਦਾ, ਫਿਰ ਪਛਤਾਇਆ ਕੋਈ ਫਾਇਦਾ ਨਹੀਂ ਹੁੰਦਾ। ਆਹ ਤੇਰੇ ਮੂਹਰੇ ਦੋਨੇ ਹੱਥ ਬੰਨੇ, ਮੈਨੂੰ ਪਤਾ ਮੈਂ ਉਰੇ ਤੱਕ ਆਪਦੇ ਪਰਿਵਾਰ ਨੂੰ ਕਿਵੇਂ ਲੈ ਕੇ ਆਇਆ, ਕਿਵੇਂ ਟਾਈਮ ਪਾਸ ਕੀਤਾ, ਤੂੰ ਰਹਿਣ ਦੇ ਮੇਰਾ ਸਿਰ, ਇਹਨਾਂ ਕੰਮਾਂ 'ਚੋਂ ਕਿਸੇ ਨੇ ਕੁਛ ਨਹੀਂ ਕੱਢਿਆ। ਇੱਜ਼ਤਦਾਰ ਧੀ ਪੁੱਤ ਉਹੀ ਹੁੰਦਾ ਜਿਹੜਾ ਮਾਂ ਪਿਓ ਦੇ ਕਹਿਣੇ 'ਚ ਰਹੇ ਅਤੇ ਉਹਨੇ ਕਹੇ ਅਨੁਸਾਰ ਵਿਆਹ ਕਰਾਵੇ। ਬਾਪੂ ਉਹ ਤਾਂ ਗੱਲ ਮੈਂ ਤੁਹਾਡੀ ਗੱਲ ਮੰਨਦਾ ਹੈਗਾ, ਉਹ ਪੜ੍ਹੀ ਲਿਖੀ ਉਹ ਆਈਲੈਟਸ ਕਰ ਲੂਗੀ, ਅਸੀਂ ਬਾਹਰ ਬੂਹਰ ਵਗ ਜਾਂਗੇ। ਹਰਜੀਤ ਯਾਰ ਚੁੱਪ ਕਰ ਜਾ, ਜਦੋਂ ਬਾਪੂ ਨੇ ਇੱਕ ਵਾਰੀ ਨਾ ਕਰਤੀ ਤੈਨੂੰ ਸਮਝ ਨਹੀਂ ਆਉਂਦੀ ਗੱਲ ਯਾਰ, ਤੂੰ ਗਾਹੀ ਗਾਹਾਂ ਬੋਲੀ ਜਾਂਦਾ ਹੈਗਾ। ਉਹ ਨਾਲੇ ਕੀ ਪਤਾ ਹੁੰਦਾ ਰਾਜ, ਗਾਹਾਂ ਕੌਣ ਹੈ, ਕਿੱਥੋਂ ਹੈ, ਆਪਾਂ ਕੀ ਜਾਣਦੇ ਕਿਸੇ ਨੂੰ। ਕਿਹੜੇ ਪਿੰਡ ਦੀ ਆ ਉਹ ਕੁੜੀ? ਬਾਈ ਚੱਕ ਕੋਟੀ ਪਿੰਡ ਦੀ ਹੈਗੀ, ਨਾਲ ਦੇ ਪਿੰਡ ਦੀ ਹੈਗੀ। ਬਾਪੂ ਕੀ ਗੱਲ ਹੋ ਗਈ, ਲੱਤ ਦੁਖਦੀ ਹੈ? ਉਹ ਕਾਹਨੂੰ ਦੁਖਦੀ ਹੈ ਲੱਤ ਸ਼ੇਰਾ, ਮੇਰਾ ਤਾਂ ਸਾਰਾ ਕੁਛ ਹੀ ਦੁਖਦਾ ਇਹਦੀਆਂ ਗੱਲਾਂ ਸੁਣ ਕੇ, ਇਹਨੂੰ ਬੰਦਿਆਂ ਵਾਂਗੂ ਸਮਝਾ ਦੇ ਭਾਈ। ਚੱਲ ਹਰਜੀਤ, ਜਿੱਦ ਛੱਡ ਦੇਈਦੀ ਹੁੰਦੀ ਹੈ, ਕੋਈ ਗੱਲ ਨਹੀਂ, ਤੇਰਾ ਵਿਆਹ ਕਿਤੇ ਹੋਰ ਕਰਾਂਗੇ, ਵਧੀਆ ਤਰੀਕੇ ਨਾਲ ਕਰਾਂਗੇ। ਦੇਖ ਹਰਜੀਤ, ਆਪਾਂ ਕਿੰਨੀ ਗਰੀਬੀ ਦੇ ਵਿੱਚੋਂ ਉੱਠੇ ਹੋਏ ਇਨਸਾਨ ਆ, ਤੈਨੂੰ ਪਤਾ ਹੈ ਨਾ, ਜੇ ਅੱਜ ਕੋਈ ਗੱਲ ਵਿਗੜ ਗਈ ਨਾ ਤਾਂ ਮੁੜ ਕੇ ਸਾਰੀ ਜ਼ਿੰਦਗੀ ਆਪਣੀ ਗੱਲ ਲੋਟ ਨਹੀਂ ਆਉਣੀ। ਹਰਜੀਤ, ਬਾਪੂ ਆਪਣੇ ਫਾਇਦੇ ਦੀ ਗੱਲ ਹੀ ਕਰਦਾ, ਸਮਝ ਜਾ ਤੂੰ ਬਾਈ ਬਣ ਕੇ। ਚੱਲ ਕੋਈ ਨਾ ਬਾਈ, ਮੈਂ ਤਾਂ ਐਂ ਕਹਿੰਦਾ ਚੱਲ ਵੀ ਇੱਕ ਵਾਰ ਜੇ ਬਾਪੂ ਜਾ ਆਉਂਦਾ, ਚੱਲ ਬਾਕੀ ਫਿਰ ਤੁਹਾਡੀ ਮਰਜ਼ੀ ਹੈ ਜੀ। ਉਹ ਮੈਥੋਂ ਨਹੀਂ ਕਿਤੇ ਜਾਇਆ ਜਾਂਦਾ ਭਾਈ, ਮੇਰੀ ਗੱਲ ਸੁਣ ਲਾ ਉਹ ਰਾਜ, ਆ ਭਰਾਵਾ ਦੋ ਦਿਨਾਂ ਨੂੰ ਤੂੰ ਵਗ ਜਾਏਗਾ ਆਪਦਾ ਉੱਥੇ ਫੌਜ 'ਚ, ਉਦੋਂ ਪਹਿਲਾਂ ਇਹਦਾ ਕੰਮ ਕਰਕੇ ਜਾ, ਛੱਡ ਪਰਾਂ ਪੜ੍ਹਾਈਆਂ ਇਹਦੀਆਂ ਬੰਦ ਕਰ, ਕਿਸੇ ਕਿੱਤੇ 'ਤੇ ਲਾ ਦੇ, ਸਿੱਕੜ ਕਿਸੇ ਮਿਸਤਰੀ ਨੂੰ ਬਾਂਹ ਫੜਾ ਇਹਦੀ। ਮੈਨੂੰ ਤਾਂ ਇਹਦਾ ਪਤੀ ਨਹੀਂ ਸੀ ਸਿੱਧਰੇ ਦਾ ਵੀ ਐਡਾ ਵੱਡਾ ਚਲਾਕ ਨਿਕਲੂਗਾ ਇਹ, ਇੱਕ ਤਾਂ ਇਹਨੇ ਕਝੀਨ ਲਾਉਂਦਾ ਸਾਰਾ ਦਿਨ। ਚੱਲ ਕੋਈ ਗੱਲ ਨਹੀਂ ਬਾਪੂ, ਇਹਨੂੰ ਮੈਂ ਪਿਆਰ ਨਾਲ ਸਮਝਾ ਦੂੰਗਾ, ਤੂੰ ਆਪਦਾ ਬੀਪੀ ਨਾ ਵਧਾ। ਲੈ ਅੰਜਲੀ ਰੋਟੀ ਖਾ ਲੈ। ਐਂ ਕਿਉਂ ਮੂੰਹ ਫਲਾ ਰੱਖਿਆ, ਰੋਟੀ ਖਾ ਲੈ ਨਾ, ਕੱਲ ਦਾ ਕੁਛ ਨਹੀਂ ਖਾਧਾ ਹੈਗਾ। ਮੈਂ ਨਹੀਂ ਖਾਣੀ ਭਾਬੀ ਰੋਟੀ, ਲੈ ਜਾ ਇਹਨੂੰ। ਕਿਉਂ ਨਹੀਂ ਖਾਣੀ ਹੈਗੀ? ਬਸ ਮੈਂ ਜਦੋਂ ਕਹਿਤਾ ਮੈਂ ਨਹੀਂ ਖਾਣੀ। ਤੁਹਾਨੂੰ ਇੱਕ ਗੱਲ ਕਹੀ ਹੈ ਸਾਰੇ ਟੱਬਰ ਨੂੰ, ਤੁਸੀਂ ਇੰਨੀ ਨਹੀਂ ਮੰਨ ਸਕਦੇ ਮੇਰੀ, ਆਹੀ ਪਿਆਰ ਕਰਦੇ ਸੀ ਤੁਸੀਂ। ਮੇਰੇ ਨਾਲ ਤਾਂ ਹੈ ਬੋਲੀ ਜਾਂਦੀ ਹਾਂ, ਜੇ ਬੀਬੀ ਨੇ ਤੇਰੀ ਆਵਾਜ਼ ਸੁਣ ਲਈ ਨਾ, ਹਿਸਾਬ ਲਾ ਲਈ ਤੇਰਾ ਹਾਲ ਕੀ ਕਰਦੀ। ਸੁਣ ਲਈ ਤਾਂ ਸੁਣ ਲਈ ਫਿਰ, ਕੋਈ ਨਹੀਂ, ਹੁਣ ਨਹੀਂ ਮੈਨੂੰ ਪਰਵਾਹ ਹੈਗੀ ਬੀਬੀ ਦੀ। ਲੈ ਰੋਟੀ, ਦੋ ਬੁਰਕੀਆਂ ਖਾ ਲੈ, ਭੈਣ ਨਹੀਂ ਮੇਰੀ ਫਿਰ। ਨਾ ਭਾਬੀ, ਮੈਂ ਨਹੀਂ ਖਾਣੀ ਰੋਟੀ, ਰੋਟੀ ਮੈਂ ਇੱਕ ਸ਼ਰਤ 'ਤੇ ਖਾਊਂਗੀ,
ਜੇ ਤੂੰ ਭਾਬੀ ਬਾਹਰ ਜਾ ਕੇ ਮਨਾ ਲੇਂਗੀ ਉਹਨਾਂ ਵਾਸਤੇ, ਪਲੀਜ਼ ਮਾਪੀ, ਮੈਂ ਰਿਕੁਐਸਟ ਕਰਦੀ ਹਾਂ। ਅੰਜਲੀ, ਕਿਉਂ ਮੇਰੇ ਜੁੱਤੀਆਂ ਪਵਾਉਂਦੀ ਹੈਗੀ? ਮੇਰੇ ਤੇਰੇ ਵੀਰੇ ਨੇ ਨਾ ਕੱਲ੍ਹ ਮੇਰੀ ਬਥੇਰੀ ਕਲਾਸ ਲਾਈ ਹੈ ਵੀ ਜੇ ਮੈਂ ਸੁਣ ਲਿਆ ਨਾ ਵੀ ਤੂੰ ਅੰਜਲੀ ਨਾਲ ਕੋਈ ਪੁੱਠੀ ਸਿੱਧੀ ਗੱਲ ਕਰਦੀ ਆ, ਹਿਸਾਬ ਲਾ ਲਈ ਤੈਨੂੰ ਤੇਰੇ ਪੇਕੇ ਭੇਜੂ। ਫਿਰ ਭਾਬੀ ਹੁਣ ਤੂੰ ਮੇਰਾ ਸਾਥ ਨਹੀਂ ਦੇਵੇਂਗੀ? ਜੇ ਕੋਈ ਚੱਜ ਦੀ ਗੱਲ ਹੋਵੇ ਅੰਜਲੀ, ਤੇਰਾ ਸਾਥ ਵੀ ਦੇਦਾ। ਹਰੇਕ ਗੱਲ 'ਚ ਤੇਰਾ ਸਾਥ ਦਿੰਦੀ ਸੀ, ਜਦੋਂ ਕਾਲਜ ਜਾਣਾ ਸੀ ਮੈਂ ਬੀਬੀ ਨੂੰ ਮਨਾਉਂਦੀ ਹੁੰਦੀ ਸੀ, ਹੁਣ ਇਹੋ ਜਿਹੀ ਗੱਲ 'ਚ ਕਿਵੇਂ ਸਾਥ ਦੇਵਾਂ ਤੇਰਾ? ਮੈਨੂੰ ਨਹੀਂ ਪਤਾ ਭਾਬੀ, ਫਿਰ ਜਿਹੜਾ ਹੁੰਦਾ ਦੇਖੀ ਜਾਊਗੀ, ਵਿਆਹ ਤਾਂ ਮੈਂ ਉੱਥੇ ਕਰਵਾਉਂਗੀ। ਅੰਜਲੀ, ਕਿਉਂ ਤੇਰੇ ਦਿਮਾਗ 'ਤੇ ਠੀਕਰਾ ਮੁੱਦਾ ਵੱਜਿਆਗਾ? ਕਿਹੋ ਜਿਹੀਆਂ ਗੱਲਾਂ ਕਰਦੀਆਂ ਹੈਗੀ, ਮੈਂ ਵਿਆਹ ਉਹਦੇ ਨਾਲ ਕਰਾਊਂਗੀ। ਤੈਨੂੰ ਪਤਾ ਹੈਗਾ ਤੇਰੇ ਭਰਾ ਉਹਦੇ ਨਾਲ ਕਰ ਦੇਣਗੇ ਵਿਆਹ? ਮੈਨੂੰ ਉਹ ਕੁਛ ਨਹੀਂ ਪਤਾ, ਮੈਂ ਬਸ ਇੱਕ ਗੱਲ ਕਹਿਤੀ, ਗੱਲ ਖਤਮ ਹੈ। ਮੈਂ ਵਿਆਹ ਕਰਾਊਂਗੀ ਤਾਂ ਉੱਥੇ ਕਰਾਊਂਗੀ, ਨਹੀਂ ਮੈਨੂੰ ਮਰਨਾ ਮਨਜ਼ੂਰ ਹੈ। ਉੱਚੀ ਉੱਚੀ ਬੋਲ ਫਿਰ, ਮਾਂ ਆ ਜਾਓ ਅੰਦਰ, ਲੈ ਫੜ ਇੱਕ ਰੋਟੀ ਖਾ ਲੈ। ਭਾਬੀ, ਜਦੋਂ ਮੈਂ ਕਹਿਤਾ ਮੈਂ ਨਹੀਂ ਖਾਣੀ ਰੋਟੀ, ਤੁਹਾਨੂੰ 10 ਵਾਰੀ ਕਹਿਤਾ ਲੈ ਜਾਓ ਇਹਨੂੰ। ਜੇ ਭੁੱਖੀ ਰਹੇਗੀ ਮਰ ਜਾਏਗੀ ਪਰੇ। ਕੋਈ ਨਹੀਂ, ਉਹਦੇ ਬਿਨਾਂ ਵੀ ਮਰੀ ਜਾਊਂਗੀ ਮੈਂ। ਦੇਖਾਂ, ਕਿਸੇ ਬਿਨਾਂ ਕੋਈ ਨਹੀਂ ਮਰਦਾ ਹੁੰਦਾ ਚੰਗਾ, ਨਾਲ ਜਿਹੜਾ ਕੋਈ ਸੋਚਣਗੇ ਨਾ ਇਹ ਘਰ ਦੇ ਚੰਗਾ ਹੀ ਸੋਚਦੇ ਹੁੰਦੇ ਨੇ, ਮਾੜਾ ਨਹੀਂ ਸੋਚਦੇ ਹੈਗੇ। ਜੇ ਚੰਗਾ ਸੋਚਦੇ ਹੁੰਦੇ ਨਾ ਤਾਂ ਮੇਰੀ ਗੱਲ ਮੰਨ ਲੈਂਦੇ, ਮੇਰੇ ਨਾਲ ਨਾ ਹੈ ਇਹ ਸਭ ਨਾ ਕਰਦੇ। ਬੀਬੀ ਨੇ ਨਾ ਮੈਨੂੰ 4 ਵਾਰੀ ਪੁੱਛ ਲਿਆ ਵੀ ਰੋਟੀ ਖਾ ਲਈ ਉਹਨੇ ਕਿ ਖਾਧੀ ਨਹੀਂ। ਮੈਂ ਕਹਿ ਦਿੰਦੀ ਹਾਂ ਬੀਬੀ ਉਹਨੂੰ ਭੁੱਖ ਨਹੀਂ ਹੈਗੀ, ਠਹਿਰ ਕੇ ਖਾ ਲਊ। ਜੇ ਹੁਣ ਮੈਂ ਬਾਹਰ ਰੋਟੀ ਲੈ ਕੇ ਗਈ ਫਿਰ ਬੀਬੀ ਮੈਨੂੰ ਬੋਲੂਗੀ, ਫਿਰ ਆਪ ਆਊਗੀ ਹਿਸਾਬ ਲਾ ਲੈ। ਕੋਈ ਨਹੀਂ, ਫਿਰ ਜਾ ਕੇ ਬੀਬੀ ਨੂੰ ਕਹਿ ਦਿਓ ਵੀ ਉਹ ਤਾਂ ਜਮਾਂ ਨਹੀਂ ਖਾਂਦੀ ਰੋਟੀ, ਠੀਕ ਹੈ? ਤੂੰ ਤਾਂ ਮੈਨੂੰ ਵੀ ਘਰੋਂ ਕਢਾਉਣਾ ਹੈ ਨਾ ਅੰਜਲੀ। ਭਾਬੀ, ਮੈਂ ਜਿੱਦ ਤਾਂ ਕਰ ਰਹੀ ਹਾਂ ਕਿਉਂਕਿ ਇਹਦੇ ਵਿੱਚ ਮੈਨੂੰ ਪਤਾ ਵੀ ਉਹ ਮੁੰਡਾ ਸਹੀ ਆ, ਗਲਤ ਨਹੀਂ ਹੈਗਾ। ਤੁਸੀਂ ਇੱਕ ਵਾਰੀ ਮਿਲ ਕੇ ਤਾਂ ਦੇਖੋ ਸਾਰੇ ਜਾਣੇ, ਤੁਸੀਂ ਤਾਂ ਆਪ ਹੀ ਸੋਚੀ ਜਾਂਦੇ ਹੋ। ਲੈ, ਜੇ ਮੇਰਾ ਰਾਜ ਚੱਲਦਾ ਹੁੰਦਾ ਮੈਂ ਤਾਂ ਤੇਰੀ ਗੱਲ ਮੰਨ ਲੈਂਦੀ। ਆ ਜਿਹੜੇ ਤੇਰੇ 3 ਭਰਾ ਨੇਗੇ ਇਹ ਨਹੀਂ ਮੰਨਦੇ ਹੈਗੇ, ਅਗਲਿਆਂ ਦੀ ਇਕੱਲੀ ਇਕੱਲੀ ਭੈਣ ਹੈ ਤੈਨੂੰ, ਪਿਆਰ ਨਾਲ ਪਾਲ ਰੱਖਿਆ ਉਹਨਾਂ ਨੇ। ਭਾਬੀ, ਤੂੰ ਕਰ ਸਕਦੀ ਹੈ ਕੰਮ, ਦੇਖ ਮੇਰਾ ਐਂ ਕਿਉਂ ਕਰਦੀ? ਇੱਕ ਵਾਰੀ ਵੀਰੇ ਨਾਲ ਗੱਲ ਤਾਂ ਕਰਕੇ ਦੇਖ, ਤੂੰ ਮੇਰੀ ਖਾਤਰ ਇੰਨਾ ਨਹੀਂ ਕਰ ਸਕਦੀ? ਮੈਂ ਨਹੀਂ ਕਰ ਸਕਦੀ ਬਾਈ। ਫਿਰ ਠੀਕ ਆ, ਮੈਂ ਵੀ ਨਹੀਂ ਰੋਟੀ ਖਾਂਦੀ, ਜਾ ਕਹਿ ਦੇ ਜਾ ਕੇ ਉਹਨਾਂ ਨੂੰ। ਮੈਨੂੰ ਕੀ ਲੈਣਾ, ਮੈਂ ਤਾਂ ਹੁਣ ਬਥੇਰੇ ਪੜਦੇ ਰੱਖ ਲਏ ਵੀ ਕੋਈ ਨਹੀਂ ਬੀਬੀ ਰੋਟੀ ਖਾ ਲਊਗੀ ਖਾ ਲਊਗੀ, ਹੁਣ ਮੈਂ ਜਾ ਕੇ ਕਹਿ ਦਿੰਦੀ ਹਾਂ ਵੀ ਖਾਂਦੀ ਨਹੀਂ ਹੈਗੀ। ਕਹਿ ਦੇ ਜਾ ਫਿਰ, ਕੋਈ ਨਹੀਂ ਕੋਈ ਨਹੀਂ, ਮਾਰੀ ਜਾਊਂਗੀ ਵੱਧ ਤੋਂ ਵੱਧ, ਹੋਰ ਕੀ ਹੋਊਗਾ। ਜਾ ਕੇ ਬੀਬੀ ਨੂੰ ਇਹ ਵੀ ਕਹਿ ਦੀ ਨਾ ਕੀ ਰੌਲਾ ਜਿਹਾ ਪਾ ਰੱਖਿਆ ਸੀ ਅੰਦਰ, ਹੈ ਕੀ ਗੱਲ ਹੋ ਗਈ, ਖਾਧੀ ਨਹੀਂ ਰੋਟੀ? ਬੀਬੀ ਰੋਈ ਜਾਂਦੀ ਆ ਉਹ, ਕਹਿੰਦੀ ਮੈਨੂੰ ਭੁੱਖ ਨਹੀਂ ਹੈਗੀ। ਰੋਈ ਜਾਣ ਦੇ, ਉਹਦੀ ਮਾਂ ਮਰ ਗਈ ਤਾਂ ਰੋਂਦੀ ਹੈ। ਮੈਂ ਕਹਿੰਦੀ ਸੀ ਬੀਬੀ ਵੀ ਆਪਾਂ ਇੱਕ ਵਾਰੀ ਮੁੰਡਾ ਦੇਖ ਨਾ ਲਈਏ ਕਿ ਉਹ ਤਾਂ ਖਾਨਦਾਨ ਵਾਲਾ ਹੀ ਹੋਵੇ। ਮੈਂ ਤੇਰੀ ਜੀਭ ਖਿੱਚ ਲੂੰ, ਹਲੇ ਕਹਿੰਦੀ ਮੁੰਡਾ ਦੇਖ ਲਈਏ, ਮੇਰੀਆਂ ਅੱਖਾਂ ਫੁੱਟ ਜਾਣਗੀਆਂ ਜਿੱਦੇ ਮੈਂ ਮੁੰਡੇ ਕਹਿੰਦੀ ਨਿਗਾਹ ਮਾਰੂੰਗੀ। ਤੈਨੂੰ ਸ਼ਰਮ ਨਹੀਂ ਹੋਜੀ ਕਹਿੰਦੀ ਨੂੰ? ਉਹਨੇ ਟੋਟੇ ਕਰੂੰਗਾ ਮੁੰਡੇ ਦੇ, ਗਿਣੇ ਵੀ ਨਹੀਂ ਜਾਣੇ, ਵੱਢ ਕੇ ਬੋਰੀ 'ਚ ਪਾ ਦੂੰ। ਬੀਬੀ ਇਕੱਲੀ ਇਕੱਲੀ ਤਾਂ ਆਪਣੀ ਕੁੜੀ ਹੈਗੀ, ਰੋਂਦੀ ਵੀ ਨਹੀਂ ਚੱਲੀ ਜਾਂਦੀ, ਨਾਲੇ ਕੱਲ੍ਹ ਦਾ ਉਹਨੇ ਕੁਛ ਖਾਧਾ ਨਹੀਂ, ਮੇਰਾ ਤਾਂ ਬਲਾਂ ਹੀ ਢਿੱਡ ਮੱਚੀ ਜਾਂਦਾ। ਜੇ ਇਕੱਲੀ ਹੈ ਨਾ ਤਾਂ ਹੀ ਸਿਰ ਚੜੀ ਹੈ, ਜੇ 2-4 ਹੁੰਦੀਆਂ ਇੰਨਾ ਪਿਆਰ ਨਹੀਂ ਮਿਲਦਾ ਸੀ ਫਿਰ ਉਹਨੂੰ ਜਿੰਨਾ ਹੁਣ ਮਿਲਦਾ ਹੈ, ਚੰਗਾ ਉਹਨੇ ਸਾਡੇ ਪਿਆਰ ਦਾ ਮੁੱਲ ਪਾਇਆ ਹੈ। ਬੀਬੀ ਵਿਆਹ ਤਾਂ ਆਪਾਂ ਕਰਨਾ ਹੀ ਹੈ, ਜੇ ਮੁੰਡਾ ਚੱਜ ਦਾ ਹੋਇਆ, ਚੰਗਾ ਹੋਇਆ, ਘਰ ਬਾਰ ਵਧੀਆ ਹੋਇਆ, ਫਿਰ ਕੀ ਹੈ? ਸੋਨੀਆ, ਮੈਨੂੰ ਐਂ ਲੱਗਦਾ ਵੀ ਸੱਜਿਓ ਤੇਰਾ ਹੱਥ ਹੈ ਇਸ ਗੱਲ 'ਚ, ਜੇ ਕੋ ਤੂੰ ਵਾਰ ਵਾਰ ਉਸੇ ਮੁੰਡੇ ਦਾ ਨਾਂ ਲੈਂਦੀ ਹੈ, ਤੇਰਾ ਮਤਲਬ ਕੀ ਬਣਦਾ ਹੈ ਮੇਰੇ ਹੁੰਦੇ ਮੁੰਡੇ ਦਾ ਨਾਂ ਲੈਣ ਦਾ? ਬੀਬੀ ਮੇਰਾ ਕੋਈ ਹੱਥ ਨਹੀਂ ਹੈਗਾ, ਬਸ ਮੈਂ ਤਾਂ ਜਿਹੜੀ ਗੱਲ ਹੈ ਮੇਰੇ ਕੋਲ ਅੰਜਲੀ ਦੇਖੀ ਨਹੀਂ ਜਾਂਦੀ ਹੈਗੀ। ਨਹੀਂ ਦੇਖੀ ਜਾਂਦੀ, ਨਾ ਦੇਖੀ ਜਾਵੇ ਮਰਨ ਦੇ ਪਰਾਂ, ਖੂਜ ਮਾਰ ਕੇ ਜਾ ਕੇ ਸਾਲ ਕਹਿੰਦੇ ਬੀਬੀ ਨੇ ਕਿਹਾ। ਬੀਬੀ ਤੂੰ ਪੁੱਛ ਲੈ ਉਹਨੂੰ ਇੱਕ ਵਾਰੀ, ਜੇ ਰੋਟੀ ਖਾ ਲਊਗੀ ਤਾਂ। ਮੈਂ ਪੁੱਛ ਲਾਂ, ਤੇਰੇ ਕਹੇ 'ਚ ਤਾਂ ਨਾ ਰੋਟੀ ਨਹੀਂ ਖਾਧੀ, ਨਹੀਂ ਤੇਰਾ ਐਡਾ ਪਿਆਰ ਤੀ, ਲੱਖ ਲਾਣ ਤਾਂ ਇਹੋ ਜਿਹੇ ਪਿਆਰ ਦੇ, ਜਿਹਨੇ ਤੇਰੇ ਕਹੇ ਤੋਂ ਰੋਟੀ ਨਹੀਂ ਖਾਧੀ ਉਹ ਮੇਰੇ ਕਹੇ ਤੋਂ ਕਿਵੇਂ ਖਾਊ? ਵਗ ਜਾ ਫਿਰ, ਵਗ ਜਾ ਇੱਥੋਂ। ਜਲੂਸ ਕੱਢਿਆ ਇਹਨਾਂ ਨੇ, ਮੁੰਡਾ ਮੁੰਡਾ ਲਾ ਰੱਖੀ ਹੈ,
ਮੁੰਡਾ ਖਾਨੀ ਕਿ ਪਹਾੜੋਂ ਪੱਥਰ ਲਿਆਊਗਾ ਜਾ ਕੇ ਵੀ ਹੋਰ ਕਿਸੇ ਤੋਂ ਆਇਆ ਨਹੀਂ। ਕਮਾਲ ਕਰਤੀ ਇਹਨਾਂ ਨੇ, ਜੰਮੀ ਸ਼ਰਮ ਲਾਤੀ, ਉਸੇ ਦਿਨ ਉਹ ਜਪੀ ਜਾਂਦੇ ਨੇ।